ਕੀਤਾ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਚ ਇਹਦੇ ਵਿੱਚ ਦੱਸੋ ਹੁਣ ਕੀ ਰੋਲ ਅਦਾ ਕਰੇ ਸੀਐਮ ਤੁਸੀਂ ਕਹਿੰਦੇ ਹੋ ਜਗਤਾਰ ਹਵਾਰਾ ਨੂੰ ਛੱਡ ਦੋ ਕਿਉਂ ਛੱਡ ਦੋ ਉਹਨੇ ਇੱਕ ਸੀਐਮ ਮਾਰਿਆ ਇੱਕ ਸਟੇਟ ਦਾ ਇੱਕ ਮੁੱਖ ਮੰਤਰੀ ਨੂੰ ਮਾਰਿਆ ਬੈਲਿਸਟਿਕ ਹੈਲਮਟਸ ਉਹ ਉਹਨੂੰ ਕਹਿ ਰਹੇ ਨੇ ਸਰਕਾਰ ਕਹਿੰਦੀ ਹੈ ਇਹ ਸਾਡੇ ਸੋਲਜਰਸ ਦੇ ਹੈਡ ਇੰਜਰੀਜ਼ ਨੂੰ ਉਹਨਾਂ ਨੂੰ ਸੇਫਗਾਰਡ ਕਰੇਗੀ ਥੋੜਾ ਕਹਿਣਾ ਇਹ ਹੈ ਕਿ ਇੱਕ ਹੈਲਮਟ ਬਣੀ ਹੈ ਜਿਹੜੀ ਪਟਕੇ ਦੇ ਉੱਪਰ ਪਾਈ ਜਾਏਗੀ ਬਿਲਕੁਲ ਤੇ ਹਿੰਦੂ ਸੋਲਜਰਸ ਪਹਿਲੀ ਹੈਲਮਟ ਪਾ ਰਹੇ ਸੀ ਫਿਰ ਤਾਂ ਉਹੀ ਹੈਲਮਟ ਹੋ ਗਈ ਤੇ ਫਿਰ ਤੇ ਮੈਂ ਇੱਥੇ ਆਰਗੂ ਕਰਾਂ ਤੇ ਇਹ ਕਹਾਂਗੀ ਕਿ ਪੰਜਾਬੀ ਸੋਲਜਰਸ ਵੀ ਆਲਰੇਡੀ ਇੱਕ ਤਰ੍ਹਾਂ ਨਾਲ ਪਾ ਰਹੇ ਹੈ ਪੱਗ ਦਾ ਤੇ ਰਾਹੁਲ ਗਾਂਧੀ ਦਾ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਹ ਜਿਹੜਾ ਤਸਵੀਰਾਂ ਸਾਹਮਣੇ ਆਈਆਂ ਸੀ ਵਾਟ ਡੂ ਯੂ ਸੇ ਅਬਾਊਟ ਇਟ ਰਾਹੁਲ ਗਾਂਧੀ ਤੁਹਾਨੂੰ ਕੀ ਲੱਗਦਾ ਹੈ ਸਕਸੈਸਫੁਲ ਹੋ ਗਏ ਨੇ ਪੱਗ ਬੰਨ ਕੇ ਉਹ ਸਾਡੇ ਜਿਹੜੇ ਪੰਜਾਬੀਆਂ ਨੂੰ ਰਝਾਉਣ ਦੀ ਕੋਸ਼ਿਸ਼ ਅੱਗੇ ਰਾਹੁਲ ਗਾਂਧੀ ਦੀ ਹਰ ਐਕਟੀਵਿਟੀ ਤੇ ਇਹ ਕਹਿ ਲਓ ਕਿ ਕੋਈ ਨਾ ਕੋਈ ਉਹਨਾਂ ਵੱਲੋਂ ਗਲਤੀ ਹੋ ਜਾਂਦੀ ਸੀ ਜਾਂ ਕੋਈ ਨਾ ਕੋਈ ਗਲਤੀ ਬਣਾ ਲਈ ਜਾਂਦੀ ਸੀ ਪੀਸੀਐਸ ਆਫੀਸਰਸ ਦੇ ਜਿਹੜੇ ਸਰਕਾਰ ਨਾਲ ਆਡਾ ਲੱਗਾ ਹੋਇਆ ਸੀਗਾ ਉਹਦੇ ਤੇ ਪ੍ਰੈਸਟੀਜ ਦਾ ਸਵਾਲ ਸੀ ਸੀਐਮ ਲਈ ਪ੍ਰੈਸਟੀਜ ਦਾ ਸਵਾਲ ਸੀ ਪੀਸੀਐਸ ਆਫੀਸਰਸ ਲਈ ਜਿਹੜਾ ਨੇ ਕਹਿਤਾ ਆਪਾਂ ਮਾਸ ਲੀਵ ਤੇ ਚੱਲੇ ਹਾਂ ਨੋਟ ਧਰਨਾ ਮਾਸ ਲੀਵ ਤੇ ਚੱਲੇ ਹਾਂ ਤੇ ਫਿਰ ਗੋਡੇ ਟੇਕਣੇ ਪੈ ਗਏ ਪੀਸੀਐਸ ਆਫੀਸਰਸ ਨੂੰ ਹੁਣ ਤੁਹਾਡੇ ਅੱਜ ਐਂਬੂਲੈਂਸ ਵਾਲੇ ਵੀ ਹੜਤਾਲ ਤੇ ਚਲੇ ਗਏ ਕੀ ਹੁਣ ਸਰਕਾਰ ਉਹਨਾਂ ਨੂੰ ਵੀ ਕਹੂਗੀ ਕਿ ਕੱਲ ਜੁਆਇਨ ਕਰੋ ਨਹੀਂ ਤਾਂ ਸਸਪੈਂਡ ਕਰ ਦਿੱਤਾ ਜਾਏਗਾ ਅਸੀਂ ਨਵੇਂ ਡਰਾਈਵਰ ਰੱਖ ਲਾਂਗੇ ਨਮਸਕਾਰ ਸਤਿ ਸ਼੍ਰੀ ਅਕਾਲ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਮਿਸ਼ਾ ਬਾਜਵਾ ਚੌਧਰੀ ਲੈਟਸ ਟਾਕ ਲੌਜਿਕ ਜੀ ਹਾਂ ਇਸ ਨਵੀਂ ਸੀਰੀਜ਼ ਦਾ ਆਗਾਜ਼ ਅਸੀਂ ਕਰਨ ਜਾ ਰਹੇ ਹਾਂ ਅੱਜ ਤੋਂ ਤੇ ਇਹਦੇ ਵਿੱਚ ਅਸੀਂ ਨਿਊਜ਼ ਅਤੇ ਨਾਲ ਨਾਲ ਵਿਊਜ਼ ਅਤੇ ਕੁਛ ਫਰੈਸ਼ ਪਰਸਪੈਕਟਿਵ ਯਾਨੀ ਇੱਕ ਨਵਾਂ ਦ੍ਰਿਸ਼ਟੀਕੋਣ ਲਿਆਉਣ ਦੀ ਕੋਸ਼ਿਸ਼ ਕਰਾਂਗੇ ਹਰ ਖਬਰ ਦੇ ਵਿੱਚ ਤਾਂ ਕਿ ਪੰਜਾਬੀਆਂ ਤੱਕ ਹਰ ਉਹ ਖਬਰ ਪਹੁੰਚੇ ਜਿਹੜੀ ਮੈਟਰ ਕਰਦੀ ਹੈ ਜਿਹੜੀ ਉਹਨਾਂ ਦੀ ਜ਼ਿੰਦਗੀ 'ਤੇ ਅਸਰ ਕਰਦੀ ਹੈ ਅਤੇ ਨਾਲ ਨਾਲ ਉਹਦੇ ਕਈ ਪਹਿਲੂ ਹੁੰਦੇ ਨੇ ਜਿਹੜੇ ਛੁੱਟ ਜਾਂਦੇ ਨੇ ਉਹਨਾਂ ਪਹਿਲੂਆਂ 'ਤੇ ਅਸੀਂ ਖਾਸ ਤੌਰ 'ਤੇ ਫੋਕਸ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੇ ਇਸ ਸ਼ੋਅ ਦੇ ਵਿੱਚ ਅਤੇ ਅਲੱਗ ਅਲੱਗ ਮਹਿਮਾਨ ਤੁਸੀਂ ਮੇਰੇ ਨਾਲ ਦੇਖੋਗੇ ਇਸ ਸ਼ੋਅ ਦੇ ਵਿੱਚ ਅਤੇ ਅੱਜ ਸਾਡੇ ਐਡੀਟਰ ਇਨ ਚੀਫ ਨੂੰ ਮੈਂ ਕਿਹਾ ਕਿ ਪਲੀਜ਼ ਇਸ ਸੀਰੀਜ਼ ਦੀ ਸ਼ੁਰੂਆਤ ਉਹਨਾਂ ਦੇ ਨਾਲ ਅਸੀਂ ਕਰਨਾ ਚਾਹੁੰਦੇ ਸੀ ਕਰੁਣ ਕੌਰਾ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਕਰੁਣ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਵਾਗਤ ਹੈ ਦਰਸ਼ਕੋ ਤੁਹਾਡਾ ਸਕਾਈ ਨਿਊਜ਼ ਪੰਜਾਬ ਬਹੁਤ ਸਾਰੇ ਮੁੱਦੇ ਨੇ ਜਿਹੜੇ ਅੱਜ ਡਿਸਕਸ਼ਨ ਦੇ ਲਾਇਕ ਨੇ ਜਿਹੜੇ ਪੰਜਾਬ ਤੇ ਪੰਜਾਬੀਆਂ ਲਈ ਮੈਟਰ ਕਰਦੇ ਨੇ ਰਾਦਰ ਬੜੇ ਪੱਖ ਦੇ ਮੁੱਦੇ ਨੇ ਪਰ ਉਸ ਤੋਂ ਪਹਿਲਾਂ ਅੱਜ ਧੁੱਪ ਚੜੀ ਹੈ ਸੁੱਖ ਦਾ ਸਾਹ ਆਇਆ ਥੋੜਾ ਹਾਂਜੀ ਪੰਜਾਬੀਆਂ ਦੀ ਲੋਹੜੀ ਚਲੋ ਧੁੱਪ ਨਾਲ ਥੋੜੀ ਹੋਰ ਰੰਗੀਨ ਹੋ ਗਈ ਥੋੜਾ ਟਾਈਮ ਹੀ ਰਹੀ ਚਲੀ ਗਈ ਪਰ ਮੈਂ ਅੱਜ ਸਵੇਰੇ ਮੌਸਮ ਵਿਭਾਗ ਦੀ ਇੱਕ ਨੋਟੀਫਿਕੇਸ਼ਨ ਵੀ ਦੇਖ ਰਿਹਾ ਸੀ ਜਿਹਦੇ ਵਿੱਚ ਆਇਆ ਕਿ ਲੋਹੜੀ ਤੇ ਅਸਰ ਪੈ ਸਕਦਾ ਕੱਲ ਸ਼ਾਇਦ ਮੀਂਹ ਪਿਆ ਪਵੇ ਪੰਜਾਬ 'ਚ ਉਹਦਾ ਲੋਹੜੀ ਤੇ ਅਸਰ ਪੈ ਸਕਦਾ ਸੈਲੀਬ੍ਰੇਸ਼ਨਸ ਤੇ ਪੈ ਸਕਦਾ ਲੋਹੜੀ ਤੇ ਪੈ ਸਕਦਾ ਚਲੋ ਲੈਟਸ ਸੀ ਕਿ ਕਿੱਦਾਂ ਦਾ ਮਾਹੌਲ ਰਹਿੰਦਾ ਹੈ ਲੋਹੜੀ ਦੇ ਦੌਰਾਨ ਚਾਹਾਂਗੇ ਕਿ ਧੁੱਪ ਖੇੜੇ ਤਾਂ ਕਿ ਲੋਕੀ ਫੈਸਟੀਵਲ ਨੂੰ ਇੰਜੋਏ ਕਰ ਸਕਣ ਪੱਖ ਦੇ ਮੌਸਮ ਤੋਂ ਪੱਖ ਦੀ ਸਿਆਸਤ ਤੇ ਪੱਖ ਦੀਆਂ ਖਬਰਾਂ ਵੱਲ ਦਾ ਰੁਖ ਕਰਦੇ ਹਾਂ ਪੱਗ ਦਾ ਮਸਲਾ ਪੰਜਾਬੀਆਂ ਲਈ ਬੜਾ ਦਿਲ ਦੇ ਕਰੀਬ ਮੁੱਦਾ ਹੈ ਤੇ ਅੱਜ ਇੱਕਦਾਂ ਦਾ ਫਿਰ ਨਿਊਜ਼ ਆਈ ਜਿਹਦੇ ਕਰਕੇ ਪੰਜਾਬੀਆਂ ਦੇ ਲੱਗਦਾ ਸੈਂਟੀਮੈਂਟ ਨੂੰ ਟੱਚ ਕੀਤਾ ਉਸ ਖਬਰ ਨੇ ਖਬਰ ਇਹ ਕਿ ਸੋਲਜਰਸ ਲਈ ਸਿੱਖ ਸੋਲਜਰਸ ਲਈ ਭਾਰਤ ਸਰਕਾਰ ਨੇ ਕਿਹਾ ਹੈ ਕਿ ਇੱਕ ਅਲੱਗ ਤਰ੍ਹਾਂ ਦੇ ਹੈਲਮਟਸ ਉਹ ਇੰਟਰੋਡਿਊਸ ਕਰਨ ਜਾ ਰਹੇ ਨੇ ਉਹਨਾਂ ਨੇ ਪਰਚੇਜ਼ ਕੀਤੇ ਨੇ ਬੈਲਿਸਟਿਕ ਹੈਲਮਟਸ ਉਹ ਉਹਨੂੰ ਕਹਿ ਰਹੇ ਨੇ ਜਿਹਦਾ ਨਾਮ ਉਹਨਾਂ ਨੇ ਰੱਖਿਆ ਵੀਰ ਹੈਲਮਟਸ ਸਭ ਤੋਂ ਪਹਿਲਾਂ ਇਹਦੇ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਤੁਹਾਡਾ ਕੀ ਰਿਐਕਸ਼ਨ ਹੈ ਸਰਕਾਰ ਕਹਿੰਦੀ ਹੈ ਇਹ ਸਾਡੇ ਸੋਲਜਰਸ ਦੇ ਹੈਡ ਇੰਜਰੀਜ਼ ਨੂੰ ਉਹਨਾਂ ਨੂੰ ਸੇਫਗਾਰਡ ਕਰੇਗੀ ਮਿਸ਼ਾ ਮੈਂ ਇਹ ਕਹਿਣਾ ਚਾਹੂੰਗਾ ਕਿ ਪੰਜਾਬ ਪੋਲਿਟਿਕਸ ਜਾਂ ਪੰਜਾਬ ਇਜ਼ ਆਲਵੇਜ਼ ਰੂਲਡ ਬਾਈ ਪੱਗ ਪੱਗ ਦੀ ਅਹਿਮੀਅਤ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਬਹੁਤ ਵੱਡੀ ਹੈ ਅਤੇ ਜਦੋਂ ਵੀ ਸਰਕਾਰ ਕੋਈ ਇਹੋ ਜਿਹੀ ਚੀਜ਼ ਲੈ ਕੇ ਆਉਂਦੀ ਹੈ ਜਿਹਦੇ ਨਾਲ ਪੰਜਾਬ ਦਾ ਕੋਈ ਰਿਸ਼ਤਾ ਜਾਂ ਪੰਜਾਬ ਨਾਲ ਕੋਈ ਉਹਦਾ ਤਾਲੁਕ ਹੈ ਤਾਂ ਉਹ ਪਹਿਲੇ ਹੀ ਇਸ ਤਰ੍ਹਾਂ ਕਿਉਂ ਨਹੀਂ ਤਿਆਰੀ ਕਰਦੇ ਕਿ ਪੰਜਾਬੀਆਂ ਦੇ ਦਿਲਾਂ ਨੂੰ ਕੋਈ ਠੇਸ ਨਾ ਪਹੁੰਚੇ ਪ੍ਰਧਾਨ ਮੰਤਰੀ ਪੰਜਾਬ ਆਉਂਦੇ ਹੈ ਪੱਗ ਬੰਨ ਕੇ ਆਉਂਦੇ ਹੈ ਰਾਹੁਲ ਗਾਂਧੀ ਪੰਜਾਬ ਆਉਂਦੇ ਹੈ ਪੱਗ ਬੰਨ ਕੇ ਆਉਂਦੇ ਹੈ ਅਤੇ ਹੁਣ ਜਦੋਂ ਐਵੇਂ ਦੀ ਕੋਈ ਹੈਲਮਟ ਬਣਾਈ ਹੈ ਕਿ ਪੱਗ ਤਾਰਨੀ ਪਊਗੀ ਪਟਕੇ ਦੇ ਉੱਤੇ ਪਾਈ ਜਾਊਗੀ ਤਾਂ ਇਹ ਬਣਾਉਣ ਤੋਂ ਪਹਿਲੀ ਕਿਉਂ ਨਹੀਂ ਸੋਚਿਆ ਜਾਂਦਾ ਕਿ ਕਿਉਂ ਨਾ ਕੁਛ ਐਸੀ ਟੈਕਨੋਲੋਜੀ ਜਾਂ ਕੁਛ ਐਸਾ ਡਿਜ਼ਾਈਨ ਬਣਾਇਆ ਜਾਏ ਕਿ ਸਿੱਖਾਂ ਦੀ ਪੱਗ ਵੀ ਉਹਨਾਂ ਦੇ ਸਿਰ 'ਤੇ ਰਹਿ ਜਾਏ ਅਤੇ ਹੈਲਮਟ ਵੀ ਪਾਈ ਜਾ ਸਕੇ ਤਾਂ ਮੈਂ ਕਹਿਣਾ ਚਾਹੂੰਗਾ ਕਿ ਸ਼ੁਰੂਆਤੀ ਹੀ ਗਲਤੀ ਹੈ ਇੱਕ ਇਨਸੈਪਸ਼ਨ ਤੋਂ ਹੀ ਇਹ ਚੀਜ਼ ਇਹ ਗਲਤ ਕੀਤੀ ਗਈ ਹੈ ਜਿਹਦੇ ਵਿੱਚ ਇਕੱਲੀ ਇੱਕ ਬੇਸਿਕ ਚੀਜ਼ ਨਹੀਂ ਸੋਚੀ ਗਈ ਕਿ ਵੱਡਾ ਲੀਡਰ ਤਾਂ ਪੂਰੇ ਪੱਗ ਬੰਨ ਕੇ ਆਉਂਦਾ ਹੈ ਪੰਜਾਬੀ ਆਪਣੀ ਪੱਗ ਨਹੀਂ ਛੱਡੂਗਾ ਤੁਸੀਂ ਕਹਿੰਦੇ ਹੋ ਉਹ ਸੇਫਟੀ ਲਈ ਹੈ ਮੈਂ ਕਹਿੰਦਾ ਉਹ ਅਨਸੇਫ ਰਹਿ ਕੇ ਖੁਸ਼ ਹੈ ਨਹੀਂ ਇਹ ਤਾਂ ਇੱਕ ਮੈਂ ਕਹਿੰਦੀ ਹਾਂ ਸੈਂਟੀਮੈਂਟਲ ਪਰਸਪੈਕਟਿਵ ਹੈ ਤੁਹਾਡਾ ਇੱਕ ਬੜਾ ਵਾਜਿਬ ਪੁਆਇੰਟ ਹੈ ਕਿ ਜੋ ਵੀ ਸਰਕਾਰ ਫੈਸਲਾ ਲੈਂਦੀ ਹੈ ਉਹ ਇਨ ਕੰਸਲਟੇਸ਼ਨ ਕਰ ਸਕਦੀ ਸੀ ਇੰਕਲੂਡ ਕਰ ਸਕਦੀ ਸੀ ਦੂਜੇ ਲੋਕਾਂ ਦੀ ਸਿੱਖ ਕਮਿਊਨਿਟੀ ਦੀ ਪਰਸਪੈਕਟਿਵ ਨੂੰ
बीजेपी के जिहड़े पंजाब के लीडर्स ने उन्होंने भी कहा कि असी सेंटर गवर्नमेंट नाल गल करांगे कि यह होना चाहिए सीगा कि टर्बन के नाल क्यों नहीं असी हैलमेट बना सकते सीगे। बट अगेन जिद्दां तुसीं कहा कि सेफ्टी, मैं आई वुड ट्राई टू सपोर्ट द थिंग कि वाकई की सेफ्टी इंपॉर्टेंट नहीं है अपनी प्रेस्टीज दे नालों, क्योंकि ये वॉर की गल हो रही है, जंग की गल हो रही है, कई मावां दे पुत शहीद होंदे देखे आपां, जे वो सेफ हो जाते हैं तो की इनू इन्ना पग का मसला बनाना जरूरी है। देखो एक होर ए मैं थोड़ा सनसनी लग रही है मैनू गल दे विच, तुसी कहने हो कि पटके दे उत्ते बनान वास्ते एक हैलमेट बनाई गई है, वो दे पटके दे उत्ते पानी है, तो फिर वो हैलमेट्स तो ऑलरेडी जो हिंदू रिलीजन के सी होर बंदे सी लड़ाई च पाते ही सीगे, फिर नवा की बनाया? नहीं नवा है कि क्योंकि ਪੰਜਾਬੀਆਂ ਦੇ ਜਿਹੜੇ ਵਾਲ ਹੁੰਦੇ ਨੇ ਉਹ ਕੇਸਾਂ ਨੂੰ ਕੱਜਣ ਲਈ ਤੇ ਉਸ ਕੇਸਾਂ ਨੂੰ ਸਜਾਉਣ ਲਈ ਹੀ ਤੇ ਪੱਗ ਸੀਗੀ। ਤੁਹਾਡਾ ਕਹਿਣਾ ਇਹ ਹੈ ਕਿ ਇੱਕ ਹੈਲਮਟ ਬਣੀ ਹੈ ਜਿਹੜੀ ਪਟਕੇ ਦੇ ਉੱਪਰ ਪਾਈ ਜਾਏਗੀ? ਬਿਲਕੁਲ, ਤੇ ਹਿੰਦੂ ਸੋਲਜਰਸ ਪਹਿਲੀ ਹੈਲਮਟ ਪਾ ਰਹੇ ਸੀ ਫਿਰ ਤਾਂ ਉਹੀ ਹੈਲਮਟ ਹੋ ਗਈ? ਤੇ ਫਿਰ ਤੇ ਮੈਂ ਇੱਥੇ ਆਰਗਿਊ ਕਰਾਂ ਤੇ ਇਹ ਕਹਾਂਗੀ ਕਿ ਪੰਜਾਬੀ ਸੋਲਜਰਸ ਵੀ ਆਲਰੇਡੀ ਇੱਕ ਤਰ੍ਹਾਂ ਨਾਲ ਪਾ ਰਹੇ ਹੈ। ਫੋਰ ਐਗਜ਼ਾਮਪਲ ਆਰਮੀ ਬੇਸ਼ੱਕ ਹੁਣ ਸੋਲਜਰਸ ਇੰਟਰੋਡਿਊਸ ਕਰਨ ਜਾ ਰਹੀ ਹੈ, ਮਗਰ ਏਅਰਫੋਰਸ ਦੇ ਪਾਇਲਟਸ ਜਿਹੜੇ ਹੈ ਆਲਰੇਡੀ ਪਟਕੇ ਦੇ ਉੱਤੇ ਸਿੱਖ ਹੈਲਮਟ ਪਾਉਂਦੇ ਨੇ, ਫਾਇਰ ਫਾਈਟਰਸ ਪਾਉਂਦੇ ਨੇ, ਇੰਜੀਨੀਅਰਸ ਕੰਸਟਰਕਸ਼ਨ ਸਾਈਟ ਤੇ ਜਾਂਦੇ ਨੇ ਸਿੱਖ, ਉਹ ਹੈਲਮਟ ਪਾਉਂਦੇ ਨੇ। ਸੋ ਇਹ ਤਾਂ ਪਹਿਲਾਂ ਤੋਂ ਪਾ ਰਹੇ ਨੇ, ਏਦਾਂ ਤਾਂ ਨਹੀਂ ਕਿਤੇ, ਲੈਟ ਮੀ ਜਸਟ ਕੰਪਲੀਟ, ਕਿ ਕਿਤੇ ਵਿਰੋਧ ਕਰਨਾ ਹੈ ਬਸ ਇਸ ਲਈ ਵਿਰੋਧ ਹੋ ਰਿਹਾ। ਪਹਿਲਾ ਸਵਾਲ ਤੁਸੀਂ ਜਿਹੜਾ ਏਅਰਫੋਰਸ ਦਾ ਕੀਤਾ, ਏਅਰਫੋਰਸ ਦਾ ਇੱਕ ਆਪਣਾ ਪ੍ਰੋਟੋਕੋਲ ਹੈ, ਜਦੋਂ ਵੀ ਕੋਈ ਫੌਜੀ ਜਾਂ ਜਦੋਂ ਵੀ ਕੋਈ ਏਅਰਫੋਰਸ ਜੁਆਇਨ ਕਰਦਾ ਹੈ ਤਾਂ ਉਹਨੂੰ ਉਸ ਪ੍ਰੋਟੋਕੋਲ ਦੇ ਤਹਿਤ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ, ਅਤੇ ਉਹਨਾਂ ਦਾ ਇੱਕ SOP ਹੈ, ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ, ਉਹਦੇ ਹਿਸਾਬ ਨਾਲ ਹੀ ਉਹਨੇ ਪਲੇਨ 'ਚ ਬੈਠਣਾ ਹੈ, ਬੰਦ ਕਰਨਾ ਹੈ ਅਤੇ ਉੜਨਾ ਹੈ, ਉਹ ਉਸ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਦੇ ਹਿਸਾਬ ਨਾਲ ਹੈ। ਪਰ ਸਵਾਲ ਉਰੇ ਇਹ ਹੋ ਰਿਹਾ ਕਿ ਇੱਕ ਚੀਜ਼ ਅੱਜ ਬਣਾਈ ਜਾਂਦੀ ਹੈ ਅੱਜ, ਅਤੇ ਅੱਜ ਤੋਂ ਪਹਿਲੇ ਬਹੁਤ ਸਾਰੀਆਂ ਜੰਗਾਂ ਲੜੀਆਂ ਜਾ ਚੁੱਕੀਆਂ ਜਿੱਥੇ ਫੌਜੀਆਂ ਨੇ ਪੱਗ ਬੰਨ੍ਹ ਕੇ ਵੀ ਲੜਾਈ ਲੜੀਆਂ, ਮੇਜਰ ਲੜਾਈਆਂ ਜਿਹੜੀਆਂ ਹੋਈਆਂ 1971 ਦੀ ਹੋਈ ਜਾਂ ਉਸ ਤੋਂ ਪਹਿਲਾਂ ਹੋਈ ਮੇਜਰ ਲੜਾਈਆਂ ਦੇ ਵਿੱਚ ਸਿੱਖ ਫੌਜੀਆਂ ਨੇ, ਸਿੱਖ ਰੈਜੀਮੈਂਟਾਂ ਨੇ ਬਹੁਤ ਸਾਹਸ ਨਾਲ ਦੁਸ਼ਮਣਾਂ ਦਾ ਸਾਹਮਣਾ ਕੀਤਾ ਅਤੇ ਪੱਗ ਬੰਨ੍ਹ ਕੇ ਲੜਾਈਆਂ ਲੜੀਆਂ। ਤੁਹਾਡਾ ਸਵਾਲ ਬਾਰ ਬਾਰ ਉੱਥੇ ਹੀ ਆ ਜਾਂਦਾ ਕਿ ਕਿਉਂ ਨਾ ਪਾਉਣ, ਇਹ ਮਰਿਆਦਾ ਨੂੰ ਕਿਵੇਂ ਠੇਸ ਪਹੁੰਚਾਏਗਾ, ਸੇਫਟੀ ਪਹਿਲਾਂ, ਪਰ ਮੈਂ ਕਹਿੰਦਾ ਕਿ ਉਹ ਸਵਾਲਾਂ ਤੋਂ ਪਹਿਲੇ ਇਸ ਚੀਜ਼ ਦੇ ਉੱਤੇ ਕਿਉਂ ਨਹੀਂ ਵਿਸ਼ਲੇਸ਼ਣ ਕੀਤਾ ਜਾਂਦਾ ਕਿ ਜੋ ਚੀਜ਼ ਅੱਜ ਬਣੀ ਹੈ ਤਾਂ ਉਹ ਚੀਜ਼ ਨੂੰ ਪਹਿਲੀ ਕਵਰ ਕਰਕੇ ਬਣਾਇਆ ਜਾਵੇ? ਮੇਰਾ ਪਰਸਪੈਕਟਿਵ ਇੱਥੇ ਵੀ ਸੀਗਾ ਕਿ ਕਿਤੇ ਵਿਰੋਧ ਕਰਨ ਲਈ ਸਿਰਫ ਤਾਂ ਨਹੀਂ ਵਿਰੋਧ ਹੋ ਰਿਹਾ। ਵਾਈ ਐਮ ਆਈ ਸੇਇੰਗ ਦਿਸ? ਆਪਣੀ ਲਾਈਫ 'ਚ ਜਿਹੜਾ ਆਪਣਾ ਐਕਸਪੀਰੀਅੰਸ ਆ ਉਹ ਦੱਸਾਂਗੀ ਕਿ ਤੁਸੀਂ ਵੀਜ਼ਾ ਲਗਵਾਉਣਾ ਹੋਏ, ਪੰਜਾਬੀਆਂ ਨੂੰ ਕਿੱਦਾਂ ਕਰੇਜ਼ ਹੈ ਕੈਨੇਡਾ ਜਾਣਾ, US ਜਾਣਾ, ਉਹ ਤੁਸੀਂ ਸਾਰੇ ਜਾਣਦੇ ਹਾਂ, ਅਸੀਂ ਸਾਰੇ ਜਾਣਦੇ ਹਾਂ। ਹਾਈ ਕਮਿਸ਼ਨ ਦੇ ਬਾਹਰ ਚਲੇ ਜਾਓ ਤੁਸੀਂ, ਉੱਥੇ ਸਿੱਖਾਂ ਨੂੰ ਜੇ ਕਿਹਾ ਜਾਏ ਕਿ ਤੁਹਾਡੀ ਟਰਬਨ ਉਤਾਰ ਕੇ ਤੁਹਾਨੂੰ ਫ੍ਰਿਸਕ ਕਰਨਾ ਹੈ, ਉਹ ਬਿਲਕੁਲ ਓਬਜੈਕਟ ਨਹੀਂ ਕਰਦੇ। ਉਹ ਆਪਣਾ ਆਪਣੀ ਕਿਰਪਾਨ ਲਾ ਕੇ ਵੀ ਆਪਣੇ ਆਪ ਨੂੰ ਕੈਨੇਡਾ ਪਹੁੰਚਾਉਣ ਲਈ ਮਨਾ ਨਹੀਂ ਕਰਦੇ ਹੈ। ਫਿਰ ਇੱਕ ਕਨਵੀਨੀਅੰਸ ਦੀ ਸਿੱਖਿਜ਼ਮ ਦਾ ਇੱਕ ਪ੍ਰੋਟੋਕੋਲ ਬਣਾ ਦਿੱਤਾ ਹੈ ਕਿਆ? ਕੁਛ ਲੋਕ ਇਹਨੂੰ ਮੈਨੂਪੁਲੇਟ ਕਰਕੇ ਸਾਰੀ ਕਮਿਊਨਿਟੀ ਦੇ ਇਮੋਸ਼ਨ ਨੂੰ ਭੜਕਾਉਣ ਦੀ ਕੋਸ਼ਿਸ਼ ਨਹੀਂ ਹੈ ਕਿਤੇ? ਨਹੀਂ, ਇਹ ਆਪਣਾ ਆਪਣਾ ਪਰਸਪੈਕਟਿਵ ਹੈ। ਮੈਂ ਸਿੱਖ ਹੈ, ਮੈਂ ਬਾਲ ਕਟਾ ਕੇ ਵੀ ਸਿੱਖ ਹੈ, ਤੇ ਮੈਂ ਪੱਗ ਹੈਗੀ ਹੈ ਤਾਂ ਮੈਂ ਪੱਗ ਨਾਲ ਵੀ ਸਿੱਖ ਹੈ। ਤਾਂ ਹੁਣ ਜੇ ਹੈਲਮਟ ਮੈਨੂੰ ਪੱਗ ਵਾਲੇ ਸਿੱਖ ਨੂੰ ਦਿੱਤੀ ਜਾਂਦੀ ਹੈ ਤੇ ਮੇਰੇ ਲਈ ਪੱਗ ਇੰਪੋਰਟੈਂਸ ਰੱਖਦੀ ਹੈ, ਤਾਂ ਮੈਂ ਪੱਗ ਨੂੰ ਹੀ ਇੰਪੋਰਟੈਂਸ ਦਊਂਗਾ। ਤੁਹਾਡਾ ਜਿਹੜਾ ਵਰਡਿਕਟ ਹੈ ਜਾਂ ਤੁਹਾਡਾ ਜੋ ਤੁਸੀਂ ਕਹਿਣਾ ਹੈ ਕਿ ਇਰਾਦੇ ਸੇਫਟੀ, ਉਹ ਪਰਸਨ ਟੂ ਪਰਸਨ ਵੈਰੀ ਕਰੂਗਾ, ਸਿੱਖ ਟੂ ਸਿੱਖ ਵੈਰੀ ਕਰੂਗਾ। ਅੱਛਾ, ਫਿਰ ਇੱਕ ਸੁਝਾਵ ਜਿਹਾ ਆ ਗਿਆ ਸਰਕਾਰ ਲਈ, ਮਤਲਬ ਮੇਰੇ ਵੱਲੋਂ ਤਾਂ ਸੁਝਾਵ ਹੀ ਹੈ ਜੇ ਸਰਕਾਰ ਸਮਝ ਲਏ ਕਿ ਜੇ ਇਸ ਪੱਗ ਨੂੰ ਜਿਹੜੀ ਹੈਲਮਟ ਹੈ ਬਿਲਿਸਟਿਕ ਹੈਲਮਟ ਬਣਾਈ ਹੈ ਸਿੱਖਾਂ ਲਈ, ਇਹਨੂੰ ਆਪਸ਼ਨਲ ਕਰ ਦੇਣ ਕਿ ਇਫ ਯੂ ਵਾਂਟ ਟੂ ਵੇਅਰ ਤੁਸੀਂ ਪਾ ਸਕਦੇ ਹੋ, ਤੁਹਾਨੂੰ ਲੱਗਦਾ ਕਿ ਤੁਸੀਂ ਨਹੀਂ ਪਾਉਣਾ ਚਾਹੁੰਦੇ ਆਪਸ਼ਨਲ ਕਰ ਦੇਣ, ਤੁਹਾਡੀ ਸੇਫਟੀ ਤੁਹਾਡੀ ਚੋਇਸ ਹੈ। ਕਿਸੇ ਨੇ ਇਹਦੇ ਰੂਲਸ, ਕਿਸੇ ਨੇ ਰੂਲ ਬੁੱਕ ਇਹਦੀ ਕੋਈ ਨਾ ਪੜ੍ਹੀ ਹੈ ਤੇ ਨਾ ਕੋਈ ਆਈ ਹੈ, ਸਿਰਫ ਹੈਲਮਟ ਬਣਾਈ ਗਈ ਹੈ। ਜੇ ਇਦਾਂ ਹੋ ਜਾਏ ਤਾਂ ਫਿਰ ਠੀਕ ਹੈ, ਬਿਲਕੁਲ ਠੀਕ ਹੈ, ਕਿਉਂਕਿ ਫਿਰ ਜੇ ਸਰਕਾਰ ਇਦਾਂ ਦੇ ਕਲੌਜ਼ ਲਗਾ ਦੇ ਕਿ ਜਿਹਨੂੰ ਜਿਹਨੇ ਪਾਣੀ ਆਪਣੀ ਸੇਫਟੀ ਲਈ ਉਹ ਪਾ ਸਕਦਾ, ਲੇਕਿਨ ਇਫ ਯੂ ਨੋਟ ਵੇਅਰਿੰਗ ਇਟ ਤਾਂ ਤੁਹਾਨੂੰ ਕੁਛ ਹੋ ਜਾਂਦਾ ਜੰਗ ਦੇ ਵਿੱਚ, ਤੇ ਤੁਹਾਨੂੰ ਫਿਰ ਬੈਨੀਫਿਟਸ ਨਹੀਂ ਮਿਲਣਗੇ ਕਿਉਂਕਿ ਤੁਸੀਂ ਵਿਦਡਰਾਅ ਕੀਤਾ ਖੁਦ ਨੂੰ ਆਪਣੇ ਆਪ ਨੂੰ ਸੇਫ ਕਰਨ ਤੋਂ। ਮੈਨੂੰ ਨਹੀਂ ਲੱਗਦਾ ਕਿ ਹੈਲਮਟ ਬਣਾਉਣ ਤੋਂ ਪਹਿਲੇ ਜਿਹੜੇ ਫੌਜਾਂ ਦੇ ਮੁਖੀ ਹੈ ਜਾਂ ਜਿਹੜੇ ਸਿੱਖ ਰੈਜੀਮੈਂਟ ਹੋਣਗੇ ਉਹਨਾਂ ਦੇ ਮੁਖੀ ਹੈ, ਉਹਨਾਂ ਦੀ ਰਾਏ ਲੱਤੀ ਗਈ ਹੋਣੀ ਹੈ। ਜੇ ਉਹਨਾਂ ਦੀ ਰਾਏ ਆਉਂਦੀ ਤਾਂ ਇਹ ਸੁਝਾਅ ਪਹਿਲੇ ਹੀ ਜਾਂਦਾ ਕਿ ਇਸ ਹੈਲਮਟ ਨੂੰ ਉਸ ਤਰੀਕੇ ਨਾਲ ਹੀ ਬਣਾਇਆ ਜਾਵੇ ਕਿ ਇੱਕ ਸਿੱਖ ਦੀ ਪੱਗ ਵੀ ਰਵੇ ਤੇ ਉਹਦੇ ਉੱਤੇ ਹੈਲਮਟ ਵੀ ਪੈ ਜਾਵੇ। ਅੱਛਾ, ਇੱਕ ਫੋਰ ਦੀ ਅੰਡਰਸਟੈਂਡਿੰਗ ਆਫ ਇਟ, ਮੈਨੂੰ ਤੁਸੀਂ ਜ਼ਰਾ ਸਮਝਾਇਓ ਕਰੁਣ ਜੀ, ਪੱਗ ਦੇ ਉੱਤੇ ਕੈਮੋਫਲੇਜ ਨੈਟ ਆਲਰੇਡੀ ਪਾਉਂਦੇ ਨੇ ਫੌਜ, ਉਹ ਬੇਅਦਬੀ ਨਹੀਂ? ਫਿਰ ਜੇ ਆਪਾਂ ਬੇਅਦਬੀ ਮੰਨਣਾ ਹੈ, ਪੱਗ ਦੇ ਉੱਤੇ ਕੋਈ ਚੀਜ਼ ਤੁਸੀਂ ਲਗਾ ਰਹੇ ਹੋ ਤੇ ਉਹ ਕਿੱਦਾਂ ਬੇਅਦਬੀ ਨਹੀਂ ਹੈ? ਪੱਗ ਦੇ ਉੱਤੇ ਫੌਜ ਦੇ ਨਿਸ਼ਾਨ ਵੀ ਹੁੰਦੇ ਆ, ਰੈਜੀਮੈਂਟ ਦੇ ਨਿਸ਼ਾਨ ਵੀ ਹੁੰਦੇ ਆ,
ਈਵਨ ਇੱਥੇ ਡੈਕੋਰੇਟਡ ਆਫਿਸਰਸ ਹੈ, IPS ਆਫਿਸਰਸ ਹੈ, ਸਭ ਨੇ ਪੱਗ ਉੱਤੇ ਨਿਸ਼ਾਨ ਹੁੰਦੇ ਹੈ, ਹਰ ਤਰ੍ਹਾਂ ਦੇ ਲੋਗੋਜ਼ ਹੁੰਦੇ ਹੈ, ਸਿਗਨੀਆਂਸ ਹੁੰਦੇ ਹੈ, ਕੋਈ ਬੇਅਦਬੀ ਨਹੀਂ ਹੁੰਦੀ ਇਹਦੀ ਮੇਰੇ ਹਿਸਾਬ ਨਾਲ, ਸਿੱਖਾਂ ਨੂੰ ਜਾਂ ਕੋਈ ਸਿੱਖਿਜ਼ਮ ਦੇ ਉਲਟ ਨਹੀਂ ਹੈਗੀ ਇਹ ਕੋਈ ਚੀਜ਼। ਠੀਕ ਹੈ, ਸੋ ਦੇਖਦੇ ਹਾਂ ਕਿ ਇਹਦੇ 'ਤੇ ਕੀ ਅੱਗੇ ਯੂ ਨੋ ਫੋਲੋ ਅਪ ਆਉਂਦਾ ਹੈ, ਕਿਉਂਕਿ ਫਿਲਹਾਲ ਤਾਂ ਸਿੱਖਾਂ ਦੀ ਜਿਹੜੀ ਕਮਿਊਨਿਟੀ ਕਹੋ ਜਾਂ ਸਿੱਖ ਵਰਲਡ ਓਵਰ ਇਸ ਗੱਲ 'ਤੇ ਰਿਐਕਟ ਜ਼ਰੂਰ ਕਰ ਰਹੇ ਨੇ। ਹਾਲਾਂਕਿ ਫਿਰ ਤੋਂ ਅਗਰ ਫੈਕਟਸ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਹੀ ਟਰੱਕਰਸ ਜਿਹੜੇ ਹੈ ਉਹਨਾਂ ਨੇ ਬੜਾ ਪ੍ਰੋਟੈਸਟ ਕੀਤਾ ਸੀਗਾ, ਟਰੱਕਰਸ ਜਿਹੜੇ ਟਰੱਕ ਚਲਾਉਂਦੇ ਨੇ ਪੰਜਾਬੀ ਕਿਊਬੈਕ ਦੇ ਵਿੱਚ ਖਾਸ ਤੌਰ 'ਤੇ, ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਹੈਲਮੈਟ ਪਾਉਣੀ ਹੈ ਪਟਕੇ ਦੇ ਉੱਤੇ, ਅਤੇ ਉਹ ਪਾਉਂਦੇ ਹੈ। ਸੋ ਮਤਲਬ ਕਹਿਣ ਦਾ ਕਿ ਕਨਵੀਨੀਅੰਸ ਦੇ ਹਿਸਾਬ ਨਾਲ ਜਿੱਥੇ ਲੱਗਦਾ ਹੈ ਜਿੱਥੇ ਮੰਨ ਸਕਦੇ ਨੇ ਉੱਥੇ ਮੰਨਦੇ, ਜਿੱਥੇ ਕਨਵੀਨੀਅੰਟ ਲੱਗਦਾ ਉੱਥੇ ਨਹੀਂ ਮੰਨਦੇ ਨੇ, ਜਿੱਥੇ ਜੀ ਕਰਦਾ ਕਿ ਵਿਰੋਧ ਕਰ ਸਕਦੇ ਉੱਥੇ ਵਿਰੋਧ ਕਰਦੇ ਨੇ। ਸੋ ਲੈਟਸ ਸੀ ਅੱਗੇ ਕੀ ਹੋਏਗਾ। ਪੱਗ ਦਾ ਮਸਲਾ ਹੈ, ਮੈਨੂੰ ਲੱਗਦਾ ਸਾਡੇ ਦੋਨਾਂ 'ਚ ਵੀ ਪੱਗ ਦਾ ਮਸਲਾ ਬਣ ਜਾਣਾ ਹੈ। ਅਗਲਾ ਜਿਹੜਾ ਪੱਗ ਦੀ ਅਗਰ ਗੱਲ ਕਰੀਏ ਤੇ ਰਾਹੁਲ ਗਾਂਧੀ ਦਾ ਤੁਸੀਂ ਜ਼ਿਕਰ ਕੀਤਾ, ਪੱਗ ਦੀ ਗੱਲ ਤੋਂ ਉੱਥੇ ਵੀ ਬਹੁਤ ਜ਼ਿਆਦਾ ਪੱਗ ਦਾ ਮਸਲਾ ਉੱਥੇ ਵੀ ਬਣਿਆ ਹੋਇਆ, ਰਾਜਾ ਵੜਿੰਗ ਵੀ ਪੱਗ 'ਚ ਨਜ਼ਰ ਆ ਰਹੇ ਨੇ, ਹੋਰ ਬਹੁਤ ਸਾਰੇ ਰੰਗ ਬਿਰੰਗੀਆਂ ਪੱਗਾਂ ਨਜ਼ਰ ਆ ਰਹੀਆਂ ਨੇ ਭਾਰਤ ਜੋੜੋ ਯਾਤਰਾ ਦੇ ਵਿੱਚ। ਆਫਕੋਰਸ ਰਾਹੁਲ ਗਾਂਧੀ ਦਾ ਤੁਸੀਂ ਜ਼ਿਕਰ ਕੀਤਾ, ਪੰਜਾਬ ਆਏ ਹੋ ਅਤੇ ਉਹ ਵੀ ਟਰਬਨ ਦੇ ਵਿੱਚ ਨਜ਼ਰ ਆਏ। ਪੱਗ ਦਾ ਅਤੇ ਰਾਹੁਲ ਗਾਂਧੀ ਦਾ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ, ਇਹ ਜਿਹੜਾ ਤਸਵੀਰਾਂ ਸਾਹਮਣੇ ਆਈਆਂ ਸੀ, ਵਾਟ ਡੂ ਯੂ ਸੇ ਅਬਾਊਟ ਇਟ? ਫਿਰ ਦੁਬਾਰਾ ਮੈਂ ਉਹੀ ਕਹੂੰਗਾ, ਪੰਜਾਬ ਦੇ ਵਿੱਚ ਪੱਗ ਪੋਲੀਟਿਕਸ ਸਭ ਤੋਂ ਸੁਪਰੀਮ ਹੈ। ਚਾਹੇ ਪ੍ਰਧਾਨ ਮੰਤਰੀ ਨੇ ਆਉਣਾ, ਚਾਹੇ ਕਿਸੇ ਲੀਡਰ ਨੇ ਆਉਣਾ, ਕਿਸੇ ਪਾਰਟੀ ਪ੍ਰਧਾਨ ਨੇ ਆਉਣਾ, ਉਹ ਪੰਜਾਬੀਆਂ ਨੂੰ ਆਪਣਾਪਣ ਜਿਤਾਉਂਦੇ ਨੇ ਪੱਗ ਪਹਿਨ ਕੇ। ਦੂਜੀ ਗੱਲ ਹੈ, ਪੰਜਾਬੀਆਂ ਨੂੰ ਜਿਤਾਉਂਦੇ ਨੇ ਕਿ ਮੈਂ ਪੰਜਾਬ ਦਾ, ਪੰਜਾਬੀਅਤ ਦਾ ਸਤਿਕਾਰ ਕਰਦਾ, ਇਸ ਲਈ ਮੈਂ ਵੀ ਸਿਰ 'ਤੇ ਪੱਗ ਬੰਨ੍ਹ ਕੇ ਤੁਹਾਡੇ ਵਿੱਚ ਆਇਆ, ਤੁਹਾਡੇ ਕੋਲ ਆਇਆ। ਸੋ ਰਾਹੁਲ ਗਾਂਧੀ ਤੁਹਾਨੂੰ ਕੀ ਲੱਗਦਾ ਹੈ, ਸਕਸੈਸਫੁਲ ਹੋ ਗਏ ਨੇ ਪੱਗ ਬੰਨ੍ਹ ਕੇ ਉਹ ਸਾਡੇ ਜਿਹੜੇ ਪੰਜਾਬੀਆਂ ਨੂੰ ਰਿਝਾਉਣ ਦੀ ਕੋਸ਼ਿਸ਼? ਭਾਰਤ ਜੋੜੋ ਯਾਤਰਾ ਨੂੰ ਆਪਾਂ ਇੱਕ ਨੈਸ਼ਨਲ ਲੈਵਲ 'ਤੇ ਵੈਲੂਏਟ ਕਰੀਏ, ਇਹਦੇ ਵਿੱਚ ਕੋਈ ਵੀ ਐਸੀ ਚੀਜ਼ ਨਿਕਲ ਕੇ ਨਹੀਂ ਆਈ ਜਿਹਦੇ 'ਚ ਬੀਜੇਪੀ ਨੇ ਤੰਜ ਕੱਸਿਆ ਹੋਵੇ। ਅੱਗੇ ਰਾਹੁਲ ਗਾਂਧੀ ਦੀ ਹਰ ਐਕਟੀਵਿਟੀ 'ਤੇ ਇਹ ਕਹਿ ਲਓ ਕਿ ਕੋਈ ਨਾ ਕੋਈ ਉਹਨਾਂ ਵੱਲੋਂ ਗਲਤੀ ਹੋ ਜਾਂਦੀ ਸੀ ਜਾਂ ਕੋਈ ਨਾ ਕੋਈ ਗਲਤੀ ਬਣਾ ਲਈ ਜਾਂਦੀ ਸੀ, ਪਰ ਇਸ ਭਾਰਤ ਜੋੜੋ ਯਾਤਰਾ ਨੇ ਰਾਹੁਲ ਗਾਂਧੀ ਦੀ ਪਰਸਨਲ ਇਮੇਜ ਬਿਲਡ ਕੀਤੀ, ਕਾਂਗਰਸ ਦੀ ਇਮੇਜ ਬਿਲਡ ਕੀਤੀ, ਤੇ ਬੀਜੇਪੀ ਨੂੰ ਕੋਈ ਵੀ ਮੌਕਾ ਨਹੀਂ ਦਿੱਤਾ ਤੰਜ ਕੱਸਣ ਦਾ, ਨੁਕਤਾਚੀਨੀਆਂ ਕਰਨ ਦੀ ਕੋਸ਼ਿਸ਼ ਨਹੀਂ ਕਰ ਪਾ ਰਹੇ ਹੋਈ। ਹਾਂ, ਬੀਜੇਪੀ ਨੇ ਇਹਦੇ 'ਤੇ ਇੱਕ ਵਾਰ ਗਲਤੀ ਕਰਤੀ, ਰਾਹੁਲ ਗਾਂਧੀ ਨੂੰ ਇੱਕ ਹੈਲਥ ਮਿਨਿਸਟਰ ਤੋਂ, ਸੈਂਟਰਲ ਯੂਨੀਅਨ ਮਿਨਿਸਟਰ ਤੋਂ ਇੱਕ ਨੋਟਿਸ ਆਇਆ ਕਿ ਤੁਸੀਂ ਕੋਵਿਡ ਪ੍ਰੋਟੋਕੋਲ ਦੇ ਤਹਿਤ ਭਾਰਤ ਜੋੜੋ ਯਾਤਰਾ ਆਪਣੀ ਹੁਣੇ ਬੰਦ ਕਰੋ, ਅਤੇ ਉਸੇ ਦਿਨ ਦੇ ਵਿੱਚ ਰਾਜਸਥਾਨ ਦੇ ਵਿੱਚ ਕਾਂਗਰਸ ਪ੍ਰੈਜ਼ੀਡੈਂਟ ਮੈਂ ਕਹਿ ਗਿਆ, ਬੀਜੇਪੀ ਪ੍ਰੈਜ਼ੀਡੈਂਟ ਨੂੰ ਚਿੱਠੀ ਗਈ ਕਿ ਨੈਸ਼ਨਲ ਪ੍ਰੈਜ਼ੀਡੈਂਟ ਆਉਣਗੇ ਅਤੇ ਉੱਥੇ ਇੱਕ ਬਹੁਤ ਵੱਡੀ ਜਨ ਆਕਰੋਸ਼ ਰੈਲੀ ਹੋਊਗੀ। ਡੇਟਾ ਸੇਮ ਸੀ, ਕੋਵਿਡ ਪ੍ਰੋਟੋਕੋਲ, ਜੇ ਰਾਹੁਲ ਗਾਂਧੀ ਦੀ ਯਾਤਰਾ ਸੀਗਾ ਤਾਂ ਉੱਥੇ ਵੀ ਹੋਣਾ ਚਾਹੀਦਾ ਸੀਗਾ, ਪਰ ਉੱਥੇ ਉਹਨਾਂ ਨੇ ਇੱਕ ਰੈਲੀ ਆਰਗੇਨਾਈਜ਼ ਕੀਤੀ ਅਤੇ ਇਹ ਵਾਲੀ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਉਸ ਨਾਲ ਵੀ ਰਾਹੁਲ ਗਾਂਧੀ ਦੀ ਇਸ ਰੈਲੀ ਨੂੰ ਮਾਈਲੇਜ ਮਿਲੀ, ਅਤੇ ਉਹ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿਸੇ ਬੀਜੇਪੀ ਦੇ ਲੀਡਰ ਨੇ ਕੁਛ ਬੋਲਿਆ ਜਾਂ ਕਿਤੇ ਤੰਜ ਕੱਸਿਆ। ਉਸ ਤੋਂ ਬਾਅਦ ਉਹ ਚੁੱਪ ਬੈਠ ਗਏ ਅਤੇ ਇਹ ਇਹਨਾਂ ਦਾ ਬਹੁਤ ਵਧੀਆ ਚੱਲਿਆ, ਵਧੀਆ ਚੱਲ ਵੀ ਰਿਹਾ। ਸੋ ਕਿਤੇ ਨਾ ਕਿਤੇ ਲੱਗ ਰਿਹਾ ਕਿ ਤੁਹਾਨੂੰ ਲੱਗ ਰਿਹਾ ਕਿ ਫਾਇਦਾ ਹੋ ਰਿਹਾ ਹੈ ਰਾਹੁਲ ਗਾਂਧੀ ਨੂੰ ਜਾਂ ਕਾਂਗਰਸ ਨੂੰ? ਆਫਕੋਰਸ ਇਸ ਭਾਰਤ ਜੋੜੋ ਯਾਤਰਾ ਦਾ ਬੜੀ ਮਿਹਨਤ ਦਾ ਕੰਮ ਕਰ ਰਹੇ ਨੇ, ਬੀਜੇਪੀ ਦਾ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਕਿ ਕੁਝ ਜ਼ਿਆਦਾ ਨੁਕਸਾਨ ਨਹੀਂ ਪਹੁੰਚਾ ਪਾ ਰਹੇ ਉਹ ਕਾਂਗਰਸ ਨੂੰ ਜਾਂ ਰਾਹੁਲ ਗਾਂਧੀ ਦੀ ਇਮੇਜ ਨੂੰ, ਸੋ ਬੀਜੇਪੀ ਨੂੰ ਤੁਸੀਂ ਕਿੱਥੇ ਦੇਖਦੇ ਹੋ ਇਸ ਪੂਰੇ ਸਿਨੈਰੀਓ ਦੇ ਵਿੱਚ, ਕਿ ਉਹ ਬੈਕਫੁੱਟ 'ਤੇ ਚਲੇ ਗਏ ਨੇ? ਜੋ ਕਾਂਗਰਸ ਨੇ ਸਟ੍ਰੈਟਜੀ ਰੱਖੀ ਹੈ ਭਾਰਤ ਜੋੜੋ ਯਾਤਰਾ ਨੂੰ ਲੈ ਕੇ, ਉਹਦੇ ਵਿੱਚ ਜਿਹੜੇ ਮੰਚ ਨੇ ਜਾਂ ਸਟੇਜ ਨੇ ਜਾਂ ਕੋਈ ਵੀ ਈਵੈਂਟਸ ਨੇ, ਉਹਨਾਂ ਦੇ ਵਿੱਚ ਪੋਲਿਟਿਕਸ ਦੀ ਗੱਲ ਬਹੁਤ ਘੱਟ ਹੋ ਰਹੀ ਹੈ ਹਮੇਸ਼ਾ। ਇਹ ਬੇਸਿਕਲੀ ਆਰਗੇਨਾਈਜ਼ ਕੀਤੀ ਹੀ ਤਾਂ ਹੀ ਗਈ ਸੀ ਕਿ ਹਾਂ ਨੈਸ਼ਨਲ ਪ੍ਰਧਾਨ ਬਣਨਾ, ਅਤੇ ਉਸ ਤੋਂ ਬਾਅਦ ਇਹਦੇ 'ਚ ਰਾਹੁਲ ਗਾਂਧੀ ਦੀ ਇਮੇਜ ਬਿਲਡਿੰਗ ਦੀ ਹੀ ਗੱਲ ਹੋ ਰਹੀ ਹੈ, ਉਹਦੀ ਪਰਸਨਲ ਇਮੇਜ, ਨੋਟ ਦੀ ਇਮੇਜ ਆਫ ਪਾਰਟੀ ਔਰ ਕਾਂਗਰਸ, ਕਿਉਂਕਿ ਹਲੇ ਵੀ ਇਲੈਕਸ਼ਨ ਚੁਣਾਵ ਬਹੁਤ ਦੂਰ ਹੈ ਲੋਕ ਸਭਾ ਦੇ, ਤਾਂ ਇਹਦਾ ਮੋਟਿਵ ਜੋ ਸੀਗਾ ਉਹ ਮੋਟਿਵ ਆਈ ਥਿੰਕ ਕਾਂਗਰਸ ਅਚੀਵ ਕਰ ਰਹੀ ਹੈ। ਪਰ ਆਪਣੇ ਪੰਜਾਬ ਦੇ ਵਿੱਚ ਹਮੇਸ਼ਾ ਸੀਐਮ ਬਣਨ ਵਾਲੇ ਵੀ ਕਈ ਹੁੰਦੇ ਨੇ, ਪਾਰਟੀ ਪ੍ਰਧਾਨ ਵੀ ਕਈ ਹੁੰਦੇ ਨੇ। ਅੱਜ ਸਵੇਰੇ ਹੀ ਮੈਨੂੰ ਕੋਈ ਵੀਡੀਓ ਕਲਿੱਪ ਦਿਖਾ ਰਿਹਾ ਸੀਗਾ ਜਿਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ ਹਾਕਾ ਮਾਰ ਮਾਰ ਬੁਲਾ ਰਹੇ ਸੀ, ਭਾਈ ਆ ਜਾਓ ਸਟੇਜ 'ਤੇ, ਆ ਜਾਓ ਸਟੇਜ 'ਤੇ ਆ ਜਾਓ। ਪਰ ਸ਼ਾਇਦ ਬਾਜਵਾ ਸਾਹਿਬ ਸੋਚ ਰਹੇ ਸੀਗੇ ਕਿ ਨਾ ਮੈਂ ਪ੍ਰਧਾਨ ਹੈ ਅਤੇ ਨਾ ਮੇਰੇ ਕੋਲ ਕੋਈ ਹੋਰ ਅਹੁਦਾ, ਅਤੇ ਮੈਂ ਜੇ ਜਾਊਂਗਾ ਵੀ ਤਾਂ ਨੰਬਰ ਪ੍ਰਧਾਨ ਦੇ ਹੀ ਬੰਨੇ, ਇਸ ਕਰਕੇ ਤਾਂ ਮੈਂ ਇੱਥੇ ਠੀਕ ਹੈ, ਮੈਂ ਸਟੇਜ 'ਤੇ ਬੁਲਾ ਵੀ ਨਾ ਕੋਈ। ਪਰ ਇਸ ਤਰੀਕੇ ਨਾਲ ਕਿਤੇ ਏਦਾਂ ਤਾਂ ਨਹੀਂ ਕਿ ਇਹ ਉਹਨਾਂ ਦਾ ਤਰੀਕਾ ਸੀਗਾ ਕਿ ਵੱਡਾ ਲੀਡਰ ਸਾਬਿਤ ਕਰਨ ਦਾ ਖੁਦ ਨੂੰ, ਕਿ ਸਾਰੇ ਮੈਨੂੰ ਵਾਜਾਂ ਮਾਰ ਰਹੇ ਹੈ? ਹਾਲਾਂਕਿ ਬਾਅਦ 'ਚ ਉਹਨਾਂ ਨੇ ਕਿਹਾ ਕਿ ਇੱਦਾਂ ਦੀ ਕੋਈ ਗੱਲ ਨਹੀਂ ਹੈ, ਇਟਸ ਜਸਟ ਦੈਟ ਮੈਂ ਉੱਥੇ ਉਸ ਏਰੀਆ 'ਚ ਅਰੀਨਾ 'ਚ ਉਸ ਵੇਲੇ ਨਹੀਂ ਸੀਗਾ, ਇਸ ਕਰਕੇ ਨਹੀਂ ਪਹੁੰਚ ਸਕਿਆ ਸਟੇਜ 'ਤੇ ਜਾਂ ਕੁਛ ਹੋਰ ਕਰ ਰਿਹਾ ਸੀਗਾ, ਇੱਦਾਂ ਕੁਛ ਕਰਕੇ ਉਹਨਾਂ ਨੇ ਕਲੈਰੀਫਾਈ ਕਰ ਦਿੱਤਾ ਹੈ। ਪਰ ਇਹ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਲੀਡਰਸ਼ਿਪ ਹੈ ਉਹ ਵੀ ਇਸ ਕਿਉਂਕਿ ਇੱਕ ਤਰ੍ਹਾਂ ਵਿਖਰੇ ਹੋਏ ਨਜ਼ਰ ਆਏ ਸੀ ਜਦੋਂ ਇਲੈਕਸ਼ਨ ਚੱਲ ਰਹੇ ਸੀ ਪੰਜਾਬ ਦੇ ਵਿੱਚ, ਉਹਦਾ ਹਾਲ ਉਹਨਾਂ ਨੇ ਦੇਖਿਆ ਕਿ ਕਿਸ ਤਰ੍ਹਾਂ ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ ਹੈ।
ਭਾਰਤ ਜੋੜੋ ਯਾਤਰਾ ਪੰਜਾਬ ਲੀਡਰਸ਼ਿਪ ਜੋੜੋ ਯਾਤਰਾ ਨਜ਼ਰ ਆ ਰਹੀ ਹੈ ਇੱਥੇ ਫਿਲਹਾਲ ਜੋ ਸਿਨੈਰੀਓ ਨਜ਼ਰ ਆ ਰਿਹਾ ਹੈ ਬਹੁਤ ਵਧੀਆ ਕੀਤੀ ਕਿਉਂਕਿ ਕਿਤੇ ਕਿਤੇ ਕਈ ਵਾਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵੀ ਕਿਤੇ ਕਿਤੇ ਇਨਸਿਕਿਉਰ ਦਿਖੇ ਹੈ ਇੱਕ ਰੈਲੀ ਦੇ ਵਿੱਚ ਉਹ ਆਪਣੇ ਵਰਕਰਾਂ ਨੂੰ ਕਹਿ ਰਹੇ ਸੀਗੇ ਜਦੋਂ ਕਾਂਗਰਸ ਪਾਰਟੀ ਪ੍ਰਧਾਨ ਕੋਈ ਹੋਰ ਬਣਾ ਦੂਗੀ ਫਿਰ ਤੁਸੀਂ ਉਹ ਪ੍ਰਧਾਨ ਨਹੀਂ ਮੰਨਣਾ ਹੁਣ ਤਾਂ ਮੇਰੀ ਮੰਨੋ ਹੁਣ ਤਾਂ ਮੇਰੀ ਸੁਣੋ ਕਿਉਂਕਿ ਹੁਣ ਮੈਂ ਪ੍ਰਧਾਨ ਹੈਗਾ ਰਾਤੀ ਇੱਕ ਵੀਡੀਓ ਉਹਨਾਂ ਦੀ ਮੀਡੀਆ ਟੀਮ ਤੋਂ ਆਉਂਦਾ ਹੈ ਤੁਸੀਂ ਵੀ ਸ਼ਾਇਦ ਦੇਖਿਆ ਹੋਊਗਾ ਉਹ ਮੀਡੀਆ ਟੀਮ ਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਦੇਖੋ ਇਹ ਉਹ ਸਾਰੇ ਬੰਦੇ ਨੇ ਜਿਨ੍ਹਾਂ ਨੇ ਰਾਹੁਲ ਗਾਂਧੀ ਨਾਲ ਸਵੇਰੇ ਰੈਲੀ ਵਿੱਚ ਚੱਲਣਾ ਤੇ ਰਾਜਾਵੜਿੰਗ ਸਾਹਿਬ ਉਹਨਾਂ ਦਾ ਹਾਲ ਚਾਲ ਪੁੱਛਣ ਆਏ ਨੇ ਤਾਂ ਉੱਥੋਂ ਇੱਕ ਸਵਾਲ ਫਿਰ ਖੜਾ ਹੋ ਜਾਂਦਾ ਹੈ ਵੀ ਜਿਨ੍ਹਾਂ ਨੇ ਰਾਹੁਲ ਗਾਂਧੀ ਦੀ ਰੈਲੀ ਵਿੱਚ ਚੱਲਣਾ ਸੀਗਾ ਕਿ ਰਾਤ ਨੂੰ ਉਹਨਾਂ ਨੂੰ ਇਕੱਠਾ ਕੀਤਾ ਗਿਆ ਕਿ ਸਵੇਰੇ ਤੁਸੀਂ ਚੱਲਣਾ ਤੇ ਮੀਡੀਆ ਟੀਮ ਇੱਕ ਆਫੀਸ਼ੀਅਲ ਵੀਡੀਓ ਕਰ ਰਹੀ ਹੈ ਜਿੱਥੇ ਟੈਂਟ ਲੱਗੇ ਹੋਏ ਨੇ ਤੇ ਬੰਦੇ ਟੋਪੀਆਂ ਪਾ ਕੇ ਠੰਡ ਦੇ ਵਿੱਚ ਰਜਾਈਆਂ ਦੇ ਵਿੱਚ ਬੈਠੇ ਨੇ ਤੇ ਉਹਨਾਂ ਨੂੰ ਵੜਿੰਗ ਸਾਹਿਬ ਹਾਲ ਚਾਲ ਪੁੱਛ ਰਹੇ ਨੇ ਕਿ ਹਾਂ ਕੱਲ੍ਹ ਤੁਸੀਂ ਚੱਲਣਾ ਰਾਹੁਲ ਗਾਂਧੀ ਨਾਲ ਰਾਈਟ ਰਾਈਟ ਅੱਛਾ ਫਿਰ ਉੱਥੇ ਕਮਿੰਗ ਬੈਕ ਟੂ ਦ ਪੰਜਾਬ ਪੋਲੀਟਿਕਸ ਇਨ ਕਾਂਗਰਸ ਕਿ ਇੱਦਾਂ ਤਾਂ ਨਹੀਂ ਹੋਊਗਾ ਕਿ 8 ਦਿਨ ਬੀਤੇ ਤੇ ਇਹ ਫਿਰ ਉੱਥੇ ਹੀ ਖੇਰੂ ਖੇਰੂ ਹੁੰਦੇ ਨਜ਼ਰ ਆਉਣਗੇ ਕਿਉਂਕਿ ਪੰਜਾਬ ਦੀ ਇੱਕ ਤਾਂ ਹੁੰਦੀ ਹੈ ਸੈਲਫ ਰਿਸਪੈਕਟ ਇਹ ਸਾਰੇ ਜਿਹੜੇ ਲੀਡਰ ਨੇ ਈਗੋ ਵੱਲ ਨਜ਼ਰ ਆਉਂਦੇ ਨੇ ਚੁੱਕੇ ਹੋਏ ਕਿ ਮੈਂ ਵੱਡਾ ਮੈਂ ਵੱਡਾ ਤੇ ਉਸੇ ਚੱਕਰ ਦਾ ਖਮਿਆਜ਼ਾ ਕਾਂਗਰਸ ਭੁਗਤ ਰਹੀ ਹੈ ਤਾਂ ਫਿਰ ਕਿਤੇ ਖੇਰੂ ਖੇਰੂ ਕਾਫੀ ਸਾਹਮਣੇ ਵੀ ਆਉਣਗੀਆਂ ਤਕਰਾਰਬਾਜ਼ੀ ਬਿਆਨਬਾਜ਼ੀ ਸ਼ੁਰੂ ਹੋਊਗੀ 26 ਜਨਵਰੀ ਤੋਂ ਬਾਅਦ ਜਦੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਹਰ ਆਉਣਗੇ ਉਸ ਤੋਂ ਬਾਅਦ ਕਾਫੀ ਸਰਗਰਮੀ ਵੀ ਆਊਗੀ ਮੀਡੀਆ ਲਈ ਵੀ ਖਬਰਾਂ ਨਿਕਲਣਗੀਆਂ ਲੋਕਾਂ ਲਈ ਵੀ ਖਬਰਾਂ ਨਿਕਲਣਗੀਆਂ ਵਿਰੋਧੀ ਪਾਰਟੀਆਂ ਲਈ ਮਸਾਲੇਦਾਰ ਖਬਰਾਂ ਨਿਕਲਣਗੀਆਂ ਬਿਲਕੁਲ ਉੱਥੇ ਕਾਂਗਰਸ ਨੂੰ ਜ਼ਰੂਰ ਇੱਕ ਸੰਭਾਲਣਾ ਪਊਗਾ ਤੇ ਜਲਦੀ ਤੋਂ ਜਲਦੀ ਸਾਰੇ ਮੰਚ ਤੇ ਇੱਕ ਵਾਰ ਇਹਨਾਂ ਸਾਰਿਆਂ ਨੂੰ ਬੈਠਣਾ ਪਊਗਾ ਕਿ ਅਸੀਂ ਹਾਂ ਸਾਰੇ ਇਕੱਠੇ ਹਾਂ ਕਿਉਂਕਿ ਕੁਛ ਮੀਡੀਆ ਹਾਊਸ ਕਹਿ ਲਓ ਜਾਂ ਕੁਛ ਲੋਕਾਂ ਵੱਲੋਂ ਬਿਆਨਬਾਜ਼ੀ ਜਾਂ ਖਬਰਾਂ ਕੁਛ ਐਵੇਂ ਦੀਆਂ ਵੀ ਆ ਰਹੀਆਂ ਨੇ ਕਿ ਰਾਜਾਵੜਿੰਗ ਸ਼ਾਇਦ ਇਨਸਿਕਿਉਰ ਨੇ ਨਵਜੋਤ ਸਿੰਘ ਸਿੱਧੂ ਦੇ ਬਾਹਰ ਆਉਣ ਤੋਂ ਬਾਅਦ ਕਿ ਮਾਈਟ ਵੀ ਪ੍ਰਧਾਨਗੀ ਚੇਂਜ ਹੋ ਜੇ ਪ੍ਰਧਾਨਗੀ ਬਦਲ ਦਿੱਤੀ ਜਾਵੇ ਤਾਂ ਇਸ ਇਹਦੇ ਉਹਦੇ ਵਿੱਚ ਰਾਹੁਲ ਗਾਂਧੀ ਨੂੰ ਵੀ ਕੁਛ ਐਵੇਂ ਦਾ ਆਰਗੇਨਾਈਜ਼ ਕਰਨਾ ਚਾਹੀਦਾ ਜਾਂ ਇਮੀਡੀਏਟਲੀ ਕੋਈ ਮੈਸੇਜ ਸਿੱਧੂ ਸਾਹਿਬ ਦੇ ਬਾਹਰ ਆਉਣ ਤੋਂ ਬਾਅਦ ਜਾਣਾ ਚਾਹੀਦਾ ਪੰਜਾਬ ਦੇ ਵਿੱਚ ਕਿ ਹਾਂ ਕਾਂਗਰਸ ਹਲੇ ਵੀ ਇੱਕ ਮੰਚ ਤੇ ਹੈ। ਅੱਛਾ ਇੱਥੇ ਫਿਰ ਆਪਾਂ ਗੱਲ ਕਰ ਰਹੇ ਹਾਂ ਪ੍ਰੈਸਟੀਜ ਦੀ ਆਪਣੀ ਪ੍ਰੈਸਟੀਜ ਦੇ ਬਾਰੇ ਚ ਕਿੱਦਾਂ ਸਾਡੇ ਲੀਡਰਸ ਅੱਗੇ ਅੱਗੇ ਹੁੰਦੇ ਨੇ ਇੱਕ ਦੂਜੇ ਨੂੰ ਮੋਢੇ ਮੋਢੇ ਮਾਰ ਕੇ ਆਪਾਂ ਤਾਂ ਭਾਰਤ ਜੋੜੋ ਯਾਤਰਾ ਰੋਜ਼ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਸਵੇਰੇ ਜਦੋਂ ਲਾਈਵ ਟੈਲੀਕਾਸਟ ਦੇਖਣ ਦਾ ਮੌਕਾ ਮਿਲਦਾ ਹੈ ਸੋ ਦਿਖ ਰਿਹਾ ਹੁੰਦਾ ਕਿ ਕਿਸ ਤਰ੍ਹਾਂ ਉਹਨਾਂ ਦੀ ਆਮ ਰੈਸਲ ਜੀ ਚੱਲ ਰਹੀ ਹੁੰਦੀ ਹੈ ਡਿਊਰਿੰਗ ਦ ਯਾਤਰਾ। ਹੁਣ ਆਪਾਂ ਪ੍ਰੈਸਟੀਜ ਤੋਂ ਆਉਂਦੇ ਹਾਂ PCS ਆਫਿਸਰਸ ਦੇ ਜਿਹੜੇ ਸਰਕਾਰ ਨਾਲ ਆਡਾ ਲੱਗਾ ਹੋਇਆ ਸੀਗਾ ਉਹਦੇ 'ਤੇ ਪ੍ਰੈਸਟੀਜ ਦਾ ਸਵਾਲ ਸੀ CM ਲਈ ਪ੍ਰੈਸਟੀਜ ਦਾ ਸਵਾਲ ਸੀ PCS ਆਫਿਸਰਸ ਲਈ ਜਿਹੜਾ ਨੇ ਕਹਿਤਾ ਆਪਾਂ ਮਾਸ ਲੀਵ 'ਤੇ ਚੱਲੇ ਹਾਂ ਨੋਟ ਧਰਨਾ ਮਾਸ ਲੀਵ 'ਤੇ ਚੱਲੇ ਹਾਂ ਅਤੇ ਫਿਰ ਗੋਡੇ ਟੇਕਣੇ ਪੈ ਗਏ PCS ਆਫਿਸਰਸ ਨੂੰ ਅਤੇ ਕੁਛ ਲੋਕਾਂ ਦਾ ਪਰਸਪੈਕਟਿਵ ਇਹ ਵੀ ਹੈ ਕਿ CM ਨੇ ਜੋ ਕੀਤਾ ਉਹ ਠੀਕ ਨਹੀਂ ਸੀ ਇਹਦੇ 'ਤੇ ਤੁਹਾਡਾ ਕੀ ਪਰਸਪੈਕਟਿਵ ਹੈ? ਦੋ ਚੀਜ਼ਾਂ ਮੈਂ ਤੋਂ ਇਕੱਠੇ ਪੁੱਛ ਗਏ ਪਹਿਲਾਂ ਤਾਂ ਤੁਸੀਂ ਪ੍ਰੈਸਟੀਜ ਦਾ ਸਵਾਲ ਗੱਲ ਕਰ ਰਹੇ ਸੀਗੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਉਹਦੇ ਬਾਰੇ ਮੈਂ ਇੱਕ ਪੰਜਾਬੀ ਦੀ ਤੁਹਾਨੂੰ ਬੜੀ ਵਧੀਆ ਗੱਲ ਸੁਣਾਉਂਦਾ ਪੰਜਾਬ ਦੇ ਵਿੱਚ ਜਦੋਂ ਘਰਾਂ ਵਿੱਚ ਵਿਆਹ ਹੁੰਦੇ ਨੇ ਤਾਂ ਜਵਾਈ ਰੁੱਸ ਜਾਂਦੇ ਆ ਭੂਆ ਰੁੱਸ ਜਾਂਦੀ ਹੈ ਫੂਫੜ ਰੁੱਸ ਜਾਂਦੀ ਹਰ ਵਿਆਹ ਜਿੱਦਾਂ ਹੁੰਦਾ ਹਰ ਵਿਆਹ ਦੇ ਵਿੱਚ ਮਾਸੜ ਰੁੱਸ ਜਾਂਦਾ ਜਾਂ ਭੂਆ ਰੁੱਸ ਜਾਂਦੀ ਹੈ ਜਾਂ ਜਵਾਈ ਰੁੱਸ ਜਾਂਦਾ ਉਵੇਂ ਹੀ ਹਲੇ ਵੀ ਪੰਜਾਬ ਕਾਂਗਰਸ ਵਿੱਚ ਰੁੱਸੇ ਹੋਏ ਨੇਤਾ ਭਾਰਤ ਜੋੜੋ ਰੈਲੀ ਵਿੱਚ ਨਹੀਂ ਦਿਖ ਰਹੇ ਨਹੀਂ ਦਿਖ ਰਹੇ ਬਿਲਕੁਲ ਸਾਬਕਾ ਕੁਛ ਮੁੱਖ ਮੰਤਰੀ ਨਹੀਂ ਦਿਖ ਰਹੇ ਬਿਲਕੁਲ ਠੀਕ ਕਈਆਂ ਨੇ ਪਹਿਲੀ ਫੋਟੋ ਖਿਚਾ ਲਈ ਨਾਲ ਤੁਰੇ ਹੀ ਨਹੀਂ ਰਾਈਟ ਕਈਆਂ ਨੇ ਸੋਚਿਆ ਕਿ ਉਹ ਤੁਰ ਰਿਹਾ ਉਹ ਜਦੋਂ ਤੁਰਨਾ ਹਟੂਗਾ ਮੈਂ ਤਾਂ ਉਦੋਂ ਤੁਰੂੰਗਾ ਐਵੇਂ ਦਾ ਸ਼ੈਡਿਊਲ ਵੀ ਉਹਨਾਂ ਨੇ ਬਣਾਇਆ ਕਿ ਜਦੋਂ ਉਹ ਤੁਰ ਰਿਹਾ ਉਸ ਦਿਨ ਮੈਂ ਨਹੀਂ ਜਾਊਂਗਾ ਮੈਂ ਅਗਲੇ ਦਿਨ ਜਾਊਂਗਾ ਹੁਣ ਆ ਜਾਂਦੀ ਹੈ ਤੁਹਾਡੀ ਦੂਜੇ ਸਵਾਲ ਪ੍ਰੈਸਟੀਜ ਦੀ ਗੱਲ ਪੰਜਾਬ ਸਰਕਾਰ ਨੂੰ ਲੈ ਕੇ ਤਾਂ ਕੱਲ੍ਹ ਜੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕੀਤਾ ਉਹਦੇ ਨਾਲ ਦੋ ਮੈਸੇਜ ਗਏ ਨੇ ਪੰਜਾਬ 'ਚ ਪਹਿਲਾ ਮੈਸੇਜ ਗਿਆ ਪੰਜਾਬ ਦੇ ਲੋਕਾਂ ਵਾਸਤੇ ਜੋ ਕਿ ਸਰਕਾਰ ਲਈ ਬਹੁਤ ਵਧੀਆ ਗਿਆ ਉਸ ਮੈਸੇਜ ਦੇ ਹਿਸਾਬ ਨਾਲ ਜੋ ਵੀ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰੂਗਾ ਕੰਮ ਰੋਕੂਗਾ CM ਸਾਹਿਬ ਸਖਤੀ ਨਾਲ ਲੈਣਗੇ ਕਿਸੇ ਨੂੰ ਨਹੀਂ ਬਖਸ਼ਣਗੇ ਮੇਰੇ ਖਿਆਲ ਫਿਲਮੀ ਸਟਾਈਲ ਦੇ ਵਿੱਚ ਇੱਕ ਆਫਿਸ ਆਰਡਰ ਹੋਇਆ ਉਹਨਾਂ ਨੇ ਟਵੀਟ ਕੀਤਾ ਅਤੇ 2 ਵਜੇ ਦਾ ਉਹਦੇ 'ਚ ਟਾਈਮ ਦਿੱਤਾ 2:10 ਜਾਂ 15 'ਤੇ ਖਬਰ ਆ ਗਈ ਕਿ ਜੀ ਹੜਤਾਲ ਬੰਦ ਹੋ ਗਈ ਸਾਰੇ ਆਪਣੇ ਦਫ਼ਤਰਾਂ 'ਚ ਜਾ ਰਹੇ ਨੇ ਲੋਕਾਂ ਲਈ ਉਹ ਮੈਸੇਜ ਗਿਆ ਸਰਕਾਰ ਦੀ ਇੱਜ਼ਤ ਬਣੀ CM ਸਾਹਿਬ ਦੀ ਇੱਜ਼ਤ ਬਣੀ ਬਹੁਤ ਵਧੀਆ ਇੱਕ ਮੈਸੇਜ ਗਿਆ ਕਿ ਪੰਜਾਬ ਦਾ ਮਾਹੌਲ ਜਾਂ ਪੰਜਾਬ ਦੇ ਵਿੱਚ ਕੋਈ ਨਿਊਸੈਂਸ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਦੂਜਾ ਮੈਸੇਜ ਬੜੇ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਪੰਜਾਬ ਦੇ ਵਿੱਚ ਜਾਂ ਪੰਜਾਬ ਸਰਕਾਰ ਨੂੰ ਚਲਾਉਣ ਵਾਸਤੇ ਬਿਊਰੋਕਰੇਸੀ ਇੱਕ ਇੰਜਨ ਹੈ ਇੰਜਨ ਤੋਂ ਬਗੈਰ ਪੰਜਾਬ ਸਰਕਾਰ ਨਹੀਂ ਚੱਲ ਸਕਦੀ ਇਸ ਨਾਲ ਬਿਊਰੋਕਰੇਸੀ ਨੂੰ ਵੀ ਇੱਕ ਮੈਸੇਜ ਗਿਆ ਪਰ ਉਹ ਮੈਸੇਜ ਫੇਵਰੇਬਲ ਨਹੀਂ ਗਿਆ ਬਿਊਰੋਕਰੇਸੀ ਦੀ ਜੋ ਡਿਮਾਂਡ ਸੀਗੀ ਕਿ ਸਾਨੂੰ ਵਿਜੀਲੈਂਸ ਆ ਕੇ ਚੱਕ ਕੇ ਨਾ ਲੈ ਜੇ
ਸਾਡੇ ਤੇ ਪ੍ਰੋਪਰ ਇਨਕੁਆਇਰੀ ਕਰਕੇ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਐਫ ਆਈ ਆਰ ਰਜਿਸਟਰ ਕੀਤੀ ਜਾਵੇ। ਉਹਦੇ ਉੱਤੇ ਭਗਵੰਤ ਮਾਨ ਸਾਹਿਬ ਨੇ ਟਵੀਟ ਕਰਦੇ ਹੋਏ ਵੀ ਕੁਛ ਨਹੀਂ ਕਿਹਾ ਤੇ ਜਦੋਂ ਧਰਨਾ ਖਤਮ ਹੋਇਆ ਉਦੋਂ ਵੀ ਕੁਛ ਨਹੀਂ ਕਿਹਾ। ਉਸ ਨਾਲ ਇਹ ਇੱਕ ਕੌਨਸੀਕੁਐਂਸ ਬਾਅਦ ਆ ਸਕਦਾ ਹੈ ਕਿ ਅਫਸਰ ਸ਼ਾਹੀ ਥੋੜੀ ਨੈਗੇਟਿਵਲੀ ਲਵੇ ਸਰਕਾਰ ਨੂੰ। ਮੈਂ ਅਗਰ ਪੀ ਸੀ ਐਸ ਅਫਸਰ ਹੈ ਤੇ ਇਸ ਇੰਸੀਡੈਂਟ ਤੋਂ ਬਾਅਦ ਮੇਰੀ ਸੈਲਫ ਰਿਸਪੈਕਟ ਜਾਂ ਈਗੋ ਉਹ ਇੱਕ ਚੀਜ਼ ਤਾਂ ਹਰਟ ਹੋਈ ਤੇ ਹੁਣ ਉਹ ਜਦੋਂ ਮੈਂ ਅੰਦਰੋਂ ਹਰਟ ਹੈ ਤਾਂ ਮਾਈਟ ਵੀ ਮੈਂ ਇਨੀਸ਼ੀਏਟਿਵ ਸਟੇਟ ਨੂੰ ਲੈ ਕੇ ਘੱਟ ਲਵਾਂ ਜਾਂ ਠੀਕ ਨਾ ਲਵਾਂ ਜਾਂ ਮੈਂ ਲਵਾਂ ਹੀ ਨਾ ਕਿਉਂਕਿ ਮੇਰੇ ਅੰਦਰ ਕੁਛ ਨਾ ਕੁਛ ਗੜਬੜ ਹੈ ਉਹ ਡਿਸੀਜ਼ਨ ਨੂੰ ਲੈ ਕੇ। ਭਗਵੰਤ ਮਾਨ ਸਾਹਿਬ ਨੂੰ ਇਹ ਡਿਸੀਜ਼ਨ ਇੰਪਲੀਮੈਂਟ ਦੇ ਨਾਲ ਕਰਨ ਦੇ ਨਾਲ ਨਾਲ ਇੱਕ ਹੋਰ ਸਟੇਟਮੈਂਟ ਵੀ ਦੇਣੀ ਚਾਹੀਦੀ ਸੀਗੀ ਕਿ ਹਾਂ ਪ੍ਰੋਪਰ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਵਿਜੀਲੈਂਸ ਦਾ ਕਾਰਵਾਈ ਜੇ ਹੋਏਗੀ ਗਲਤ ਬੰਦੇ ਤੇ ਹੋਊਗੀ। ਉਹਨਾਂ ਨੇ ਸਟੇਟਮੈਂਟ ਦੇ ਦਿੱਤੀ ਗਲਤ ਬੰਦੇ ਨੂੰ ਨਹੀਂ ਬਖਸ਼ਾਂਗੇ, ਤੁਸੀਂ ਨਹੀਂ ਆਉਣਾ ਨਾ ਉਹ ਮੈਂ ਸਸਪੈਂਡ ਕਰ ਦੂੰਗਾ। ਇਹਦੇ ਨਾਲ ਨਾਲ ਉਹਨਾਂ ਨੂੰ ਸਟੇਟਮੈਂਟ ਇਹ ਵੀ ਦੇਣੀ ਚਾਹੀਦੀ ਸੀਗੀ ਕਿ ਵਿਜੀਲੈਂਸ ਦੀ ਕਾਰਵਾਈ ਉਸ ਆਦਮੀ ਤੇ ਹੀ ਹੋਊਗੀ ਜਿਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋ ਚੁੱਕੀ ਹੋਊਗੀ। ਇਸ ਗੱਲ ਦੀ ਮੈਂ ਜ਼ਿੰਮੇਵਾਰੀ ਲੈਂਦਾ। ਉਹਦੇ ਨਾਲ ਅਫਸਰਾਂ ਦੀ ਵੀ ਢਾਹ ਨਾ ਲੱਗਦੀ, ਸਟੇਟ ਅਫਸਰ ਹੀ ਚਲਾਉਂਦੇ ਨੇ, ਚਾਹੇ ਉਹ ਆਈ ਏ ਐਸ ਹੈ ਚਾਹੇ ਪੀ ਸੀ ਐਸ ਹੈ, ਇੰਜਨ ਹੈ ਸਟੇਟ ਦਾ, ਮਸ਼ੀਨਰੀ ਹੈ ਸਟੇਟ ਦੀ। ਇਹਨਾਂ ਨੂੰ ਹਰਟ ਕਰਕੇ, ਸੈਲਫ ਰਿਸਪੈਕਟ ਹਰਟ ਕਰਕੇ ਵੀ ਇੱਕ ਸਟੇਟ ਪੂਰਾ ਫੁੱਲ ਸਪੀਡ ਨਹੀਂ ਜਾ ਸਕਦਾ। ਪਰ ਇਹ ਫਿਰ ਇਟਸ ਅ ਡਾਈਸੀ ਕੁਐਸਚਨ ਐਕਚੁਲੀ ਕਿ ਜੇ ਉਹ ਉਹਨਾਂ ਦੀ ਹਰਟ ਨਾ ਕਰਦੇ ਤੇ ਸੀ ਐਮ ਆਪਣੇ ਤੇ ਲੈ ਲੈਂਦੇ ਇਸ ਹਰਟ ਨੂੰ, ਆਪਣੇ ਆਪ ਤੇ ਆਪਣੀ ਸੈਲਫ ਰਿਸਪੈਕਟ ਤੇ ਲੈ ਲੈਂਦੇ ਕਿ ਮੇਰੇ ਆਫਿਸਰਸ ਮੈਨੂੰ ਉਹ ਕਹਿੰਦੇ ਆ ਕਿ ਮੈਨੂੰ ਬਲੈਕਮੇਲ ਕਰ ਰਹੇ ਨੇ ਇੱਕ ਤਰ੍ਹਾਂ, ਬਿਕੋਜ਼ ਉਹ ਜਿਹੜੀ ਲੀਵ ਮਾਸ ਲੀਵ ਤੇ ਗਏ ਨੇ ਉਹ ਇੱਕ ਤਰ੍ਹਾਂ ਦਾ ਬਲੈਕਮੇਲ ਹੈ। ਉਹ ਕਹਿੰਦੇ ਨੇ ਕਿ ਸਾਡੇ ਲੌਜਿਕ ਸਾਡੇ ਸੁਣੋ, ਅਸੀਂ ਤੁਹਾਡੇ ਗ੍ਰੀਵੈਂਸੀ ਸੁਣਨ ਨੂੰ ਤਿਆਰ ਹਾਂ। ਸੋ ਜੇ ਸੀ ਐਮ ਇੱਦਾਂ ਨਾ ਕਰਦੇ ਤੇ ਫਿਰ ਸੀ ਐਮ ਔਕਵਰਡ ਸਿਚੁਏਸ਼ਨ 'ਚ ਆ ਜਾਂਦੇ, ਲੋਕਾਂ ਦਾ ਭਰੋਸਾ ਉਹਨਾਂ 'ਤੇ ਖਤਮ ਹੋ ਜਾਂਦਾ। ਮੁੱਖ ਮੰਤਰੀ ਸਾਹਿਬ ਨੇ ਪਹਿਲੇ ਵੀ ਇਹੋ ਜਿਹੀਆਂ ਬੜੀਆਂ ਸਿਚੁਏਸ਼ਨ ਸੰਭਾਲੀਆਂ ਨੇ, ਕਿਸੇ ਇਸ ਤਰ੍ਹਾਂ ਦੇ ਡਿਸੀਜ਼ਨ ਨਾਲ ਨਹੀਂ ਸੰਭਾਲੀਆਂ, ਗੱਲ ਕਰਕੇ ਹੀ ਸੰਭਾਲੀਆਂ। ਇੱਥੇ ਇਹਨਾਂ ਨੇ ਉਸ ਤਰੀਕੇ ਦੀ ਗੱਲ ਨਹੀਂ ਕਰਕੇ ਸਿੱਧਾ ਸਸਪੈਂਸ਼ਨ ਦਾ ਇੱਕ ਫਤਵਾ ਜਾਰੀ ਕਰਤਾ। ਦੂਜੀ ਗੱਲ, ਹੁਣ ਤੁਹਾਡੇ ਅੱਜ ਐਂਬੂਲੈਂਸ ਵਾਲੇ ਵੀ ਹੜਤਾਲ 'ਤੇ ਚਲੇ ਗਏ, ਕੀ ਹੁਣ ਸਰਕਾਰ ਉਹਨਾਂ ਨੂੰ ਵੀ ਕਹੂਗੀ ਕਿ ਕੱਲ੍ਹ ਜੁਆਇਨ ਕਰੋ ਨਹੀਂ ਤਾਂ ਸਸਪੈਂਡ ਕਰ ਦਿੱਤਾ ਜਾਏਗਾ, ਅਸੀਂ ਨਵੇਂ ਡਰਾਈਵਰ ਰੱਖ ਲਾਂਗੇ। ਗੱਲ ਤਾਂ ਉਹਨਾਂ ਨਾਲ ਵੀ ਕੀਤੀ ਜਾਊਗੀ। ਯਾਨੀ ਤੁਹਾਨੂੰ ਲੱਗਦਾ ਹੈ ਕਿ ਸੀਐਮ ਸਾਹਿਬ ਕੁਡ ਹੈਵ ਹੈਂਡਲਡ ਇਟ ਬੈਟਰ, ਉਹ ਬਿਹਤਰ ਤਰੀਕੇ ਨਾਲ ਇਸ ਮਾਮਲੇ ਨੂੰ ਹੱਲ ਕਰ ਸਕਦੇ ਸੀਗੇ, ਥੋੜਾ ਦੋਨਾਂ ਪਾਸਿਆਂ ਨੂੰ ਕਹਿੰਦੇ ਨਾ ਪੁਚਕਾਰਦੇ ਹੋਏ। ਹਾਂ ਹਾਂ, ਹੋਰ ਬੈਟਰ ਤਰੀਕੇ ਨਾਲ ਹੋ ਸਕਦਾ ਸੀ। ਮੈਂ ਸਿਰਫ ਜੋ ਮੇਰਾ ਇੱਕ ਮੇਰੀ ਰਿਜੈਂਟਮੈਂਟ ਮੰਨਦੀ ਹੈ, ਇੱਕ ਮੇਰੀ ਐਪਰੀਹੈਂਸ਼ਨ ਹੈ, ਉਹ ਇੰਨੀ ਹੈ ਕਿ ਅਫਸਰਾਂ ਦੀ ਇੱਜ਼ਤ ਨੂੰ ਵੀ ਕਾਇਮ ਰੱਖਦੇ, ਅਫਸਰਾਂ ਦੀ ਇੱਜ਼ਤ ਨੂੰ ਕਿਤੇ ਨਾ ਕਿਤੇ ਢਾਹ ਲੱਗੀ ਕੱਲ ਵਾਲੇ ਇੰਸੀਡੈਂਟ ਤੋਂ ਬਾਅਦ। ਸਟੇਟ ਲਈ ਬਹੁਤ ਵਧੀਆ ਡਿਸੀਜ਼ਨ ਹੈ, ਲੋਕਾਂ ਲਈ ਇੱਜ਼ਤ ਬਣੀ ਸਰਕਾਰ ਦੀ ਕਿ ਹਾਂ ਇਹ ਸਰਕਾਰ ਕਿਸੇ ਦੇ ਦਬਾਅ 'ਚ ਨਹੀਂ ਆਊਗੀ। ਰਾਈਟ, ਪਰ ਉਹਦੇ ਨਾਲ ਨਾਲ ਮਸ਼ੀਨਰੀ ਦੀ ਵੀ ਜ਼ਰੂਰਤ ਹੈ ਸਟੇਟ ਨੂੰ ਚਲਾਉਣ ਵਾਸਤੇ, ਕਿਉਂਕਿ ਸੀਐਮ ਸਾਹਿਬ ਵਾਰੀ ਵਾਰੀ ਇਸ ਗੱਲ 'ਤੇ ਇੱਕ ਤਰ੍ਹਾਂ ਨਾਲ ਕਮਿਊਨੀਕੇਟ ਕਰਦੇ ਨਜ਼ਰ ਆਏ ਕਿ ਗਲਤ ਗੱਲ 'ਤੇ ਮੈਨੂੰ ਕਰ ਰਹੇ ਨੇ ਬਲੈਕਮੇਲ ਇੱਕ ਤਰ੍ਹਾਂ ਨਾਲ, ਇਹ ਮਾਸ ਲੀਵ ਉਹ ਗਲਤ ਲੌਜਿਕ 'ਤੇ ਕਰ ਰਹੇ ਨੇ। ਮੀਟਿੰਗ ਹੋਈ ਆ, ਉਹਦੇ 'ਚ ਦੱਸਿਆ ਗਿਆ ਜੇ ਪੀ ਸੀ ਐਸ ਕਹਿ ਰਹੇ ਨੇ ਕਿ ਇਹ ਲੈਜਿਟ ਤਰੀਕਾ ਨਹੀਂ ਸੀਗਾ ਇੱਕ ਆਫਿਸਰ ਨੂੰ ਚੱਕ ਕੇ ਲਿਜਾਣ ਦਾ, ਅਤੇ ਉਹਦੀ ਕਾਊਂਟਰ 'ਚ ਜੰਜੂਆ ਜੀ ਦਾ ਜਵਾਬ ਆਇਆ ਹੈ ਕਿ ਅਸੀਂ ਪੂਰਾ ਪ੍ਰੋਸੀਜਰ ਫੋਲੋ ਕੀਤਾ ਹੈ। ਸੋ ਕਿਤੇ ਕਮਿਊਨੀਕੇਸ਼ਨ ਗੈਪ ਵੀ ਹੋ ਸਕਦਾ ਹੈ, ਪਰ ਤੁਸੀਂ ਕਹਿੰਦੇ ਹੋ ਕਿ ਇਸ ਸਿਚੁਏਸ਼ਨ ਨੂੰ ਬੈਟਰ ਹੈਂਡਲ ਕਰ ਸਕਦੇ ਸੀਗੇ ਤਾਂ ਕਿ ਮੈਸੇਜ ਅੱਛਾ ਜਾਂਦਾ ਫੋਰ ਦ ਪੀ ਸੀ ਐਸ ਆਫਿਸਰਸ ਐਜ਼ ਵੈਲ। ਹੁਣ ਤੁਸੀਂ ਇੱਕ ਹੋਰ ਗੱਲ ਛੇੜਤੀ ਨਾਲ 108 ਐਂਬੂਲੈਂਸ ਦੀ, ਉਹ ਸੀ ਐਮ ਸਾਹਿਬ ਲਈ ਇਹ ਹਾਲਾਤ ਨੇ ਵੀ ਇੱਕ ਪੰਡ ਚੱਕ ਲੈ ਦੂਜੀ ਤਿਆਰ। ਸੋ ਹੁਣ ਦੂਜੀ ਉਹਨਾਂ ਲਈ ਤਿਆਰ ਹੋ ਗਈ ਹੈ ਕਿ 108 ਐਂਬੂਲੈਂਸਿਸ ਵਾਲੇ ਹੜਤਾਲ 'ਤੇ ਚਲੇ ਗਏ ਨੇ, ਅਤੇ ਉਹਨਾਂ ਦੇ ਗ੍ਰੀਵੈਂਸਿਸ ਤਾਂ ਤੁਹਾਨੂੰ ਪਤਾ ਹੀ ਹੈ ਕੀ ਸੀਗੇ। ਉਹ ਵਿਚਾਰੇ ਕਹਿੰਦੇ ਨੇ ਕਿ ਅਸੀਂ ਕੰਟਰੈਕਚੁਅਲ ਹਾਂ, ਸਾਨੂੰ ਪੱਕੇ ਕਰ ਲਓ, ਸਾਡੇ ਵਿੱਚੋਂ ਥਰਡ ਪਾਰਟੀ ਕੱਢ ਦਿਓ। ਦੂਜਾ ਉਹ ਕਹਿੰਦੇ ਨੇ 9,000 ਰੁਪਇਆ ਸਾਡੀ ਸੈਲਰੀ ਹੈ ਮਹੀਨੇ ਦੀ, ਅਤੇ ਉਹਨੂੰ 35,000 ਕੀਤਾ ਜਾਵੇ। ਤੀਜਾ ਕਹਿੰਦੇ ਨੇ ਕਿ ਹਰ ਸਾਲ ਸਾਨੂੰ 10% ਦਾ ਇਨਕਰੀਮੈਂਟ ਮਿਲੇ। ਸੋ ਇਹ ਮੰਗਾਂ ਨੂੰ ਲੈ ਕੇ ਉਹਨਾਂ ਨੇ 9 ਤਰੀਕ ਨੂੰ ਕਿਹਾ ਸੀਗਾ, ਜਨਵਰੀ 9 ਨੂੰ, ਕਿ ਸਾਨੂੰ 72 ਘੰਟੇ ਸਰਕਾਰ ਨੂੰ ਦਿੰਦੇ ਹਾਂ, ਜੇ ਸੁਣੋਗੇ ਤਾਂ ਠੀਕ ਹੈ, ਨਹੀਂ ਤਾਂ ਧਰਨੇ 'ਤੇ ਜਾਂਦੇ ਹਾਂ। ਹੁਣ ਇਹ ਪ੍ਰੋਪਰ ਧਰਨਾ, ਦੇ ਆਰ ਆਫ ਦਾ ਰੋਡਸ ਨਾਓ, ਉਹ ਸੜਕਾਂ 'ਤੇ ਨਹੀਂ ਹੈ। ਪਬਲਿਕ ਆਫਕੋਰਸ ਇਨਕਨਵੀਨੀਅੰਸ ਝੇਲੇਗੀ ਇਸ ਪੂਰੇ ਮਾਮਲੇ ਨੂੰ ਲੈ ਕੇ। ਮੇਰੇ ਹਿਸਾਬ ਨਾਲ ਸਟੇਟ ਦੀ ਜੋ ਇਕੋਨਮੀ ਹੈ, ਜਿਸ ਫਾਈਨੈਂਸ਼ੀਅਲ ਦੌਰ 'ਚੋਂ ਸਟੇਟ ਨਿਕਲ ਰਿਹਾ, ਡਿਪਰੈਸਡ ਫਾਈਨੈਂਸ਼ੀਅਲ ਸਟੇਟ ਹੈ, ਇਹਦੇ ਵਿੱਚ 9,500 ਵਾਲੇ ਨੂੰ 35,000 ਰੁਪਇਆ ਤਾਂ ਨਹੀਂ ਦਿੱਤਾ ਜਾ ਸਕਦਾ, ਨਾ ਹੀ ਸਰਕਾਰ ਦੇਗੀ। ਤੁਸੀਂ ਦਿਲ ਤੋੜ ਰਹੇ ਹੋ ਉਹਨਾਂ ਦਾ। ਪਰ ਜੇ ਹੁਣ ਭਗਵੰਤ ਮਾਨ ਸਾਹਿਬ ਇੱਥੇ ਵੀ ਕੋਈ ਕੱਲ ਵਰਗਾ ਡਿਸੀਜਨ ਅਨਾਊਂਸ ਕਰ ਦਿੰਦੇ ਨੇ, ਤਾਂ ਇੱਕ ਨਾਲ ਗੱਲ ਇਹ ਵੀ ਹੈ ਵੀ ਹੋਰ ਵੀ 9,500 ਵਾਲੇ ਬਹੁਤ ਸਾਰੇ ਡਰਾਈਵਰ ਮਿਲ ਸਕਦੇ ਨੇ। ਬੇਰੁਜ਼ਗਾਰੀ ਪਹਿਲੀ ਪੰਜਾਬ ਦੇ ਵਿੱਚ ਬਹੁਤ ਹੈ, ਪਰ ਆਈ ਥਿੰਕ ਇਸ ਇਸ਼ੂ ਨੂੰ ਵੀ ਮਾਨ ਸਾਹਿਬ ਨੂੰ ਉਵੇਂ ਹੈਂਡਲ ਕਰਨਾ ਪਏਗਾ ਜਿਵੇਂ ਇਹਨਾਂ ਨੇ ਸੀ ਐਮ ਹਾਊਸ ਦੇ ਬਾਹਰ ਕਿਸਾਨਾਂ ਦਾ ਧਰਨਾ ਚੁਕਵਾਇਆ, ਜਿਵੇਂ ਇਹਨਾਂ ਨੇ ਸ਼ੰਭੂ ਬਾਰਡਰ ਦੇ ਕਿਸਾਨਾਂ ਦਾ ਧਰਨਾ ਚੁਕਵਾਇਆ, ਉਵੇਂ ਹੀ ਇਹਨਾਂ ਨੂੰ ਹੈਂਡਲ ਕਰਨਾ ਪਏਗਾ। ਅੱਛਾ, ਇਹਦੇ 'ਤੇ ਨਾ ਇੱਕ ਸਵਾਲ ਫਿਰ ਮੇਰੇ ਜ਼ਿਹਨ 'ਚ ਬੜਾ ਜ਼ੋਰ ਮਾਰ ਰਿਹਾ ਹੈ ਕਿ
क्यों इदां दे हालात पैदा हो रहे ने सीएम भगवंत मान लई या आम आदमी पार्टी की सरकार लई कि गल धरने ते पै जांदी है ते फिर जाके गल उहनां नूं उहनां दे टेबल तक पहुंचदी है। ये सारे मसले की बिफोर दिस ब्लोज आउट ऑफ प्रोपोर्शन। मेरे हिसाब नाल ये सारे मसले जिहड़े हैगे ने ये जिन्हों कहिंदे आ कि बगैर किसे मतलब दा कलेश बगैर किसे यूटिलिटी या बगैर किसे दी जेनुइन गल नहीं हैगी आ, मतलब मोटी गल है भी ये सारी गल्लां जो इन्हां दी डिमांड्स है वो भी जेनुइन नहीं है। जो पर तुसीं हुण किते एडिटर इन चीफ दी तरह तो नहीं सोच रहे, एज अ टीम लीडर तुहानूं लग रहा है सब ठीक है पर बेचारा गरीब बंदा चाहुंदा मैनूं पैसे थोड़े ज्यादा मिल जाए। मैं एक पंजाबी दे व्यू पॉइंट नाल गल कर रहा हां, एक पासे धरना दित्ता जा रहा है कि बंदी सिखां नूं छड्ड दो, हां जी, एक पासे धरना दित्ता जा रहा है साडी तनखा 9500 तों 3500 कर 35000 कर दो। ये चीजां धरने दा कल्चर वैसे आम आदमी पार्टी तों ही मेरे ख्याल शुरू होया सी जदों अन्ना हजारे अंदोलन होया सी उदों भी धरने दित्ते गए सी दिल्ली। चलो उही कल्चर अगे होर स्ट्रोंग हुंदा गया बिल्ड हुंदा गया। अज हुण पंजाब दे विच हुण खुद फेस कर रहे ने धरने माहौल है कि शायद मतलब कहना ठीक है या नहीं भी कल नूं कितें ये भी ना होवे भी ये सड़क ते लाल लाइट ते मैनूं ज़्यादा रुकना पैंदा एक धरना मैं इत्थे लादा, मेरे बच्चियां नूं तां मेडिकल कॉलेज एडमिशन नहीं मिलदी मैं धरना उत्थे भी लादा, मेरे बच्चे तां जी कॉलेज नंबर पा चंगे लैके पास नहीं हुंदे नौकरी नहीं मिल रही मैं उत्थे उहदे वास्ते भी धरना लादा। तां इह धरनिआं दा मेरे हिसाब नाल पंजाब नूं कमज़ोर ही करांगे। इक सरकार दा ध्यान वटांदे ने सरकार नूं कम्म तों राह तों चक के दूजे राह ते लैके जांदे ने कि उहनां दा कम्म काज रुकदा अटेंशन डाइवर्ट हुंदी है ਹੋਰ ਇਹਨਾਂ ਧਰਨਿਆਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੁਛ ਛੱਡਣ ਪਾਉਣ ਨੂੰ ਹੈ ਜਾਂ ਇਹ ਲਗਾਉਣੇ ਚਾਹੀਦੇ ਨੇ। ਇਹ ਕਿਤੇ ਉਹ ਤਾਂ ਨਹੀਂ ਕਰਮਾ ਕਿ ਜਿਹੜਾ ਤੁਸੀਂ ਦਿੱਤਾ ਹੈ ਦੂਜੇ ਨੂੰ ਉਹੀ ਤੁਹਾਨੂੰ ਵਾਪਸ ਮਿਲ ਰਿਹਾ, ਕਿਉਂਕਿ ਤੁਸੀਂ ਦੇਖੋ ਕਿ ਅਰਵਿੰਦ ਕੇਜਰੀਵਾਲ ਵੀ ਜਾਣੇ ਜਾਂਦੇ ਨੇ ਧਰਨਿਆਂ ਲਈ, ਉਹ ਸਰਕਾਰ 'ਚ ਬੈਠੇ ਵੀ LG ਦੇ ਦਫ਼ਤਰ ਚਲੇ ਜਾਂਦੇ ਸੀ ਧਰਨਾ ਦੇਣ ਲਈ। ਹੁਣ ਤਾਂ ਕੇਜਰੀਵਾਲ ਸਾਹਿਬ ਬਹੁਤ ਠੀਕ ਹੋ ਗਏ, ਹੁਣ ਉਹਨਾਂ ਦੇ ਅੱਗੇ ਉਹੀ ਸਭ ਆ ਰਿਹਾ, ਹੁਣ ਉਹ ਠੀਕ ਹੋ ਗਏ ਨੇ ਮਗਰ ਹੁਣ ਜਿਹੜੇ ਪੁਰਾਣੇ ਕੀਤੇ ਕਰਮ ਹੈ ਉਹ ਅੱਗੇ ਆ ਰਹੇ ਨੇ ਅਤੇ ਵਾਰੀ ਵਾਰੀ ਉਹ ਸਰਕਾਰ ਨੂੰ ਧਰਨੇ ਦੇਖਣੇ ਪੈ ਰਹੇ ਨੇ। ਹਰ ਇੱਕ ਤਰ੍ਹਾਂ ਦਾ ਕਹਿੰਦੇ ਨਾ ਵਰਗ ਜਿਹੜਾ ਉਹ ਡਿਸਸੈਟਿਸਫਾਈਡ ਨਜ਼ਰ ਆਉਂਦਾ ਹੈ। ਇਹ ਕੀ ਬਿਹਤਰ ਤਰੀਕੇ ਨਾਲ ਹੈਂਡਲ ਕਰੇ ਸਰਕਾਰ ਤੇ ਚੰਗਾ ਨਹੀਂ ਹੈ ਕਿ ਬਿਫੋਰ ਇਟ ਸਰਕਾਰ ਬਲੋਜ਼ ਆਊਟ ਆਫ ਪ੍ਰੋਪੋਰਸ਼ਨ ਕਿਸੇ ਤਰ੍ਹਾਂ ਵੀ ਹੈਂਡਲ ਕਰੂਗੀ। ਕੋਈ ਤੁਹਾਡੇ ਵਰਗਾ ਜਰਨਲਿਸਟ ਕਹੂਗਾ ਤਰੀਕਾ ਬਿਹਤਰ ਨਹੀਂ ਸੀ ਜਾਂ ਮੇਰੇ ਵਰਗਾ ਕਹੂਗਾ ਬਿਹਤਰ ਸੀ ਜਾਂ ਮੈਂ ਕਹੂੰਗਾ ਹੋਰ ਬਿਹਤਰ ਹੋ ਸਕਦਾ ਸੀ ਤੇ ਤੁਸੀਂ ਕਹੋਗੇ ਠੀਕ ਸੀ। ਤਾਂ ਸਿਰਫ ਹੈਂਡਲ ਕਰਨ ਬਿਹਤਰ ਕਰਨ ਜਾਂ ਬਿਹਤਰ ਨਾ ਕਰਨ ਇਹ ਤਾਂ ਹਰ ਕਿਸੇ ਦਾ ਆਪਣਾ ਪਰਸਪੈਕਟਿਵ ਹੈ ਪਰ ਹੈਂਡਲ ਕਰਨ ਬਸ। ਇੱਕ ਜਿਹੜਾ ਪੁਆਇੰਟ ਤੁਸੀਂ ਦਿੱਤਾ ਹੈ ਨਾ ਵੀ ਸੈਲਰੀ ਦੀ ਜਿਹੜੀ ਡਿਮਾਂਡ ਹੈ ਉਹ ਥੋੜ੍ਹੀ ਜ਼ਿਆਦਾ ਹੀ ਆਊਟ ਆਫ ਪ੍ਰੋਪੋਰਸ਼ਨ ਅਤੇ ਇਰਰੈਸ਼ਨਲ ਹੈ, ਉਹਦੇ 'ਤੇ ਮੈਂ ਵਾਪਸ ਤੁਹਾਨੂੰ ਲੈ ਕੇ ਜਾਵਾਂਗੀ। ਪਰ ਉਸ ਤੋਂ ਪਹਿਲਾਂ ਤੁਸੀਂ ਜ਼ਿਕਰ ਕਰ ਦਿੱਤਾ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ 'ਚ, ਇਹਦੇ ਵਿੱਚ ਦੱਸੋ ਹੁਣ ਕੀ ਰੋਲ ਅਦਾ ਕਰੇ ਸੀਐਮ, ਇਹਦੇ 'ਚੋਂ ਕੀ ਕਰ ਸਕਦੇ ਨੇ ਮਾਮਲਾ ਪੂਰੀ ਇਨਜੈਨੂਇਨ ਡਿਮਾਂਡਸ ਹੈ। ਕੱਲ ਨੂੰ ਕੋਈ ਕਿਸੇ ਦਾ ਕਤਲ ਕਰਦੇ ਕਿਸੇ ਨੂੰ ਮਾਰਦੇ ਉਹ ਆਪਣੀ ਸਜ਼ਾ ਕੱਟ ਰਹੇ, ਆਪਾਂ ਸਾਰੇ ਇੱਕ ਕੰਸਟੀਟਿਊਸ਼ਨ ਦੇ ਅੰਦਰ ਗਵਰਨ ਕੀਤੇ ਜਾ ਰਹੇ ਹਾਂ, ਇੱਕ ਕਾਨੂੰਨ ਦੇ ਅੰਦਰ ਆਪਾਂ ਸਾਰੇ ਆਉਂਦੇ ਹਾਂ ਤੇ ਸ਼ਾਇਦ ਉਸੇ ਕਾਨੂੰਨ ਕਰਕੇ ਹਿੰਦੁਸਤਾਨ ਹਿੰਦੁਸਤਾਨ ਹੈ ਪਾਕਿਸਤਾਨ ਨਹੀਂ ਬਣਿਆ। ਪਾਕਿਸਤਾਨ ਦੇ ਵਿੱਚ ਜਿਹੜਾ ਵੀ ਪ੍ਰਧਾਨ ਮੰਤਰੀ ਬਣਦਾ ਹੈ ਉਹ ਪ੍ਰਧਾਨ ਮੰਤਰੀ ਨੂੰ ਜਾਂ ਤਾਂ ਬਾਅਦ ਵਿੱਚ ਮਾਰ ਦਿੱਤਾ ਜਾਂਦਾ ਜਾਂ ਉਹਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ, ਉਹ ਉੱਥੇ ਉਹਨਾਂ ਦਾ ਲਾਅ ਐਂਡ ਆਰਡਰ ਹੈ। ਅਤੇ ਹੁਣ ਸਾਡਾ ਲਾਅ ਐਂਡ ਆਰਡਰ ਉਸਾ ਨਹੀਂ ਹੈ, ਅੱਛਾ ਹੈ, ਠੀਕ ਹੈ। ਇਹ ਧਰਨੇ ਅਜਿਹੀਆਂ ਚੀਜ਼ਾਂ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਖਰਾਬ ਕਰਦੀਆਂ ਨੇ। ਤੁਸੀਂ ਕਹਿੰਦੇ ਹੋ ਜਗਤਾਰ ਹਵਾਰਾ ਨੂੰ ਛੱਡ ਦਿਓ, ਕਿਉਂ ਛੱਡ ਦਿਓ? ਉਹਨੇ ਇੱਕ ਸੀਐਮ ਮਾਰਿਆ, ਇੱਕ ਸਟੇਟ ਦਾ ਇੱਕ ਮੁੱਖ ਮੰਤਰੀ ਨੂੰ ਮਾਰਿਆ, ਜਿਨ੍ਹਾਂ ਨੇ 1984 ਦੇ ਵਿੱਚ ਜਾਂ ਹੋਰ ਕਈ ਵਾਰਦਾਤਾਂ ਹੋਈਆਂ ਨੇ ਜਿਨ੍ਹਾਂ ਦੇ ਉਹਨਾਂ 'ਚ ਨਾਂ ਆਏ, ਉਹ ਆਪਣੀ ਸਜ਼ਾ ਕੱਟ ਰਹੇ ਨੇ, ਬਹੁਤ ਉਹ ਹੋ ਗਏ, ਕਿਉਂ ਛੱਡਿਆ ਜਾਵੇ ਉਹਨਾਂ ਨੂੰ? ਤਾਂ ਮੇਰਾ ਵਿਊ ਪੁਆਇੰਟ ਇਹ ਹੈ ਕਿ ਛੱਡਣਾ ਜਾਂ ਉਹਨਾਂ ਦੀ ਸਜ਼ਾ ਮਾਫ਼ ਕਰਨਾ ਬਿਲਕੁਲ ਗਲਤ ਹੈ, ਨਹੀਂ ਕਰਨੀ ਚਾਹੀਦੀ। ਆਪਾਂ ਲਾਅ ਐਂਡ ਆਰਡਰ ਮੇਨਟੇਨ ਰੱਖੀਏ ਅਤੇ ਐਗਜ਼ਾਮਪਲ ਵੀ ਇਹੀ ਸੈੱਟ ਕਰੀਏ ਕਿ ਲਾਅ ਐਂਡ ਆਰਡਰ ਮੇਨਟੇਨ ਰਹੇ, ਨਾ ਕਿ ਇਹੋ ਜਿਹੇ ਧਰਨਿਆਂ ਦੇ ਪ੍ਰੈਸ਼ਰ 'ਚ ਆ ਕੇ ਇਹਨਾਂ ਨੂੰ ਸਿੱਖਾਂ ਨੂੰ ਛੱਡਿਆ ਜਾਵੇ। ਸਿੱਖ ਮੈਂ ਸਿੱਖ ਕਹੂੰਗਾ ਵੀ ਨਹੀਂ, ਮਤਲਬ ਸਿੱਖ ਨਹੀਂ ਹੁੰਦੇ ਜਾਂ ਕੋਈ ਹਿੰਦੂ ਨਹੀਂ ਹੁੰਦਾ, ਕ੍ਰਿਮੀਨਲਸ ਆਰ ਕ੍ਰਿਮੀਨਲਸ, ਉਹ ਕ੍ਰਿਮੀਨਲ ਹੈ ਜਿਹੜੇ ਸਜ਼ਾ ਕੱਟ ਰਹੇ ਹੈ, ਉਹਨਾਂ ਨੂੰ ਬੰਦੀ ਸਿੱਖ ਨਾ ਕਿਹਾ ਜਾਵੇ। ਅੱਛਾ ਇੱਕ ਗੱਲ ਦੱਸੋ ਕਿ ਜਿਹੜੀਆਂ ਗਵਰਨਮੈਂਟਸ ਹੁੰਦੀਆਂ, ਫਿਲਹਾਲ ਤਾਂ ਮੈਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਚਲਾ ਰਹੀ ਹੈ ਅਤੇ ਉਹਨਾਂ ਦੀ ਗੱਲ ਕਰਾਂਗੇ, ਬੈਟਰ ਕਮਿਊਨੀਕੇਸ਼ਨ ਕਿੰਨਾ ਕੁ ਔਖਾ ਕੰਮ ਹੈ ਜੇ ਸਾਨੂੰ ਇਹ ਜਨਤਾ ਨੂੰ ਕਨਵਿੰਸ ਕਰਕੇ ਇਲੈਕਸ਼ਨ ਜਿੱਤ ਸਕਦੇ ਨੇ, ਅਤੇ ਕੀ ਇਹ ਗੱਲਾਂ ਕਮਿਊਨੀਕੇਟ ਕਰ ਦੇਣਾ ਵੀ ਵੀਰੇ ਇਹ ਸਾਡੇ ਹੱਥ 'ਚ ਨਹੀਂ ਹੈ, ਇਹ ਕੋਰਟ ਦੇ ਵਿੱਚ ਮਾਮਲਾ ਹੈ, ਇਹ ਅਸੀਂ ਇਹਦੇ 'ਚ ਕੁਛ ਕਰ ਹੀ ਨਹੀਂ ਸਕਦੇ ਹਾਂ, ਇਹ ਕਮਿਊਨੀਕੇਸ਼ਨ ਦਾ ਚੈਨਲ ਨਹੀਂ ਖੋਲ੍ਹਣਾ ਚਾਹੀਦਾ ਕਿ ਸਰਕਾਰ ਨੂੰ ਕੀ ਕਮਿਊਨੀਕੇਟ ਕਰਕੇ ਅਤੇ ਗੱਲ ਨੂੰ ਰਿਜ਼ੋਲਵ ਕਰੋ? ਸਰਕਾਰਾਂ ਨੇ ਜਿੱਤ ਕੇ ਸਰਕਾਰ ਜਦੋਂ ਬਣ ਜਾਂਦੀ ਹੈ ਤਾਂ ਉਹਨਾਂ ਨੂੰ ਇੱਕ ਸਭ ਤੋਂ
ਜਿਹੜੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਉਹ ਹੁੰਦੇ ਇਮੋਸ਼ਨਸ। ਪੰਜਾਬੀਆਂ ਦੇ ਇਮੋਸ਼ਨਸ, ਸਿੱਖਾਂ ਦੇ ਇਮੋਸ਼ਨਸ, ਹਿੰਦੂਆਂ ਦੇ ਇਮੋਸ਼ਨਸ। ਅੱਜ ਕੱਲ੍ਹ ਪੰਜਾਬ ਦਾ ਮਾਹੌਲ ਵੈਸੇ ਹੀ ਬਹੁਤ ਖਰਾਬ ਚੱਲ ਰਿਹਾ। ਇੱਕ ਇਮੋਸ਼ਨਲ ਵਾਰ ਸ਼ੁਰੂ ਹੋ ਸਕਦੀ ਹੈ ਜੇ ਗਵਰਨਮੈਂਟ ਇਸ ਦੇ ਉੱਤੇ ਕੋਈ ਸਟੇਟਮੈਂਟ ਦਊਗੀ। ਮੈਂ ਫਿਰ ਦੁਬਾਰਾ ਉਹੀ ਐਗਜ਼ਾਮਪਲ ਦਊਂਗਾ, ਤੁਸੀਂ ਉਹਨੂੰ ਠੀਕ ਕਹੋਗੇ, ਮੈਂ ਗਲਤ ਕਹੂੰਗਾ ਜਾਂ ਮੈਂ ਗਲਤ ਕਹੂੰਗਾ ਤੁਹਾਨੂੰ ਠੀਕ ਲੱਗੂਗਾ। ਤਾਂ ਇਹਨਾਂ ਚੀਜ਼ਾਂ ਦੇ ਵਿੱਚ ਸਰਕਾਰਾਂ ਨਹੀਂ ਪੈਂਦੀਆਂ, ਅਤੇ ਮੇਰੇ ਖਿਆਲ ਪੈ ਕੇ ਇਹ ਰਿਜ਼ੋਲਵ ਨਹੀਂ ਹੋਊਗਾ। ਹੋਰ ਇੱਕ ਮਤਲਬ ਜਲਦੀ ਅੱਗ ਦੇ ਵਿੱਚ ਤੇਲ ਦੇਣ ਵਾਲਾ ਇੱਕ ਹੋਰ ਕੰਮ ਹੋ ਸਕਦਾ ਇਹਦੇ ਨਾਲ, ਜੇ ਕੋਈ ਇਸ ਚੀਜ਼ ਦੇ ਉੱਤੇ ਇਹਨਾਂ ਦੀ ਸਟੇਟਮੈਂਟ। ਬਟ ਬੜੀ ਫਿਰ ਮਜਬੂਰ ਸਥਿਤੀ ਹੈ ਸਰਕਾਰ ਦੀ ਵੀ, ਅਤੇ ਬੜੀ ਮਜਬੂਰ ਸਥਿਤੀ ਹੈ ਲਾਅ ਐਂਡ ਆਰਡਰ ਦੀ, ਕਿ ਆਪਣੇ ਹੈ ਤੇ ਉਹ ਸਾਡੇ ਪੰਜਾਬੀ ਭਾਵੇਂ ਰੁੱਸੇ ਹੋਏ ਨੇ, ਜਿਹੜੇ ਸੜਕਾਂ ਤੇ ਬੈਠੇ ਨੇ, ਜਿਹੜੇ ਬਲੌਕ ਕਰਕੇ ਬੈਠੇ ਨੇ ਸੜਕਾਂ ਨੂੰ, ਜੇ ਅਸੀਂ ਉਹਨਾਂ ਨੂੰ ਕਮਿਊਨੀਕੇਸ਼ਨ ਨਹੀਂ ਪਹੁੰਚਾ ਪਾ ਰਹੇ ਵੀ ਵੀਰੇ ਆਪਾਂ ਕਰ ਨਹੀਂ ਸਕਦੇ ਕਿਉਂਕਿ ਆਪਣੇ ਹੱਥ 'ਚ ਨਹੀਂ ਹੈ, ਨਾ ਆ ਕੇ ਬਾਹਰ ਸਟੇਟਮੈਂਟ ਦਿਓ, ਉਹਨਾਂ ਨੂੰ ਮਿਲੋ, ਉਹਨਾਂ ਨੂੰ ਉੱਥੋਂ ਉਠਾਉਣ ਲਈ ਕੋਈ ਉਪਰਾਲਾ ਕੀਤਾ ਜਾਵੇ, ਕਿ ਇਹ ਇੰਨਾ ਔਖਾ ਕੰਮ ਹੈ ਕਿ ਆਪਾਂ ਆਪਣੇ ਹੀ ਲੋਕਾਂ ਨੂੰ, ਕੁਛ ਰੁੱਸਿਆਂ ਨੂੰ ਮਨਾ ਨਹੀਂ ਪਾ ਰਹੇ। ਮੇਰੇ ਹਿਸਾਬ ਨਾਲ ਸਰਕਾਰ, ਇੰਟੈਲੀਜੈਂਸ ਏਜੰਸੀਜ਼, ਸਭ ਨੂੰ ਪਤਾ ਹੈ ਉਹ ਕਿਹੜੇ ਲੋਕ ਨੇ ਜਿਹੜੇ ਉੱਥੇ ਬੈਠੇ ਨੇ ਅਤੇ ਬੰਦੀ ਸਿੱਖਾਂ ਨੂੰ ਛੁਡਾਉਣਾ ਚਾਹੁੰਦੇ ਨੇ। ਰੈਡੀਕਲ ਔਰਗਨਾਈਜੇਸ਼ਨਸ ਨੇ ਜਿਨ੍ਹਾਂ ਨੇ ਮਾਹੌਲ ਹਮੇਸ਼ਾ ਤੋਂ ਪੰਜਾਬ ਦਾ ਖਰਾਬ ਕੀਤਾ, ਉਹ ਇਹਦੇ ਵਿੱਚ ਕਿਤੇ ਨਾ ਕਿਤੇ ਕੰਟਰੀਬਿਊਟ ਕਰ ਰਹੀਆਂ ਨੇ। ਅਤੇ ਇਹ ਜਿਵੇਂ ਤੁਸੀਂ ਕਹਿੰਦੇ ਹੋ ਆਮ ਲੋਕ, ਇੱਕ ਆਮ ਪੰਜਾਬੀ ਨੇ, ਆਮ ਆਦਮੀ ਨੇ ਤਾਂ ਆਪਣਾ ਘਰ ਚਲਾਉਣਾ, ਉਹ 20-25 ਸਾਲ ਪਹਿਲਾਂ ਵਾਲੇ ਜਿਹੜੇ ਬੰਦੀ ਸਿੱਖ ਹੋਣਗੇ ਉਹਨਾਂ ਨੂੰ ਛੁਡਾਉਣ ਲਈ ਸੜਕ 'ਤੇ ਨਹੀਂ ਬੈਠੂਗਾ। ਉੱਥੇ ਜੇ ਕਿਸੇ ਦੀ ਉਮਰ 30 ਸਾਲ ਹੈ ਜਾਂ ਕਿਸੇ ਦੀ ਉਮਰ 35 ਸਾਲ ਹੈ, 1984 ਵਾਲੇ ਨੂੰ ਛੁਡਾਉਣ ਲਈ ਬੈਠਾ, ਕਿ ਉਹਨੂੰ ਮਿਲਿਆ ਕਦੀ, ਕਿ ਉਹਨੂੰ ਪਤਾ ਉਹ ਅੰਦਰ ਕਿਉਂ ਹੈ? ਉੱਥੇ ਅੱਧਿਆਂ ਤੋਂ ਜ਼ਿਆਦਾ ਉਹਨੂੰ ਤਾਂ ਪਤਾ ਵੀ ਨਹੀਂ ਹੈ। ਹਾਂ, ਲੇਕਿਨ ਦੀਜ਼ ਕਾਇੰਡ ਆਫ ਈਵੈਂਟਸ ਆਰ ਬੈਕਡ ਬਾਏ ਰੈਡੀਕਲਸ, ਰੈਡੀਕਲਸ ਨੇ ਔਰਗਨਾਈਜ਼ ਕੀਤਾ, ਰੈਡੀਕਲਸ ਨੇ ਰੱਖਿਆ, ਅਤੇ ਚੱਲ ਰਿਹਾ, ਚੱਲੂਗਾ। ਫਿਰ ਇੱਕ ਹੋਰ ਸਵਾਲ ਜ਼ਹਿਨ 'ਚ ਆਉਂਦਾ ਕਿ ਜੇ ਸਾਡੀ ਇੰਟੈਲੀਜੈਂਸ ਏਜੰਸੀਜ਼ ਕੋਲ ਇੰਨਾ ਇਨਪੁੱਟ ਹੈਗਾ ਕਿ ਇਹ ਰੈਡੀਕਲਸ ਦੇ ਸਪੋਰਟਡ ਨੇ, ਤੇ ਫਿਰ ਕਰੋ ਐਕਸ਼ਨ। ਉਹ ਆਪਣੇ ਤਰੀਕੇ ਨਾਲ ਕਰਨਗੇ, ਹੋਣਾ ਚਾਹੀਦਾ ਹੈ। ਸੋ ਇੱਕ ਐਕਸ਼ਨ ਅੱਜ ਜਿਹੜਾ ਸਾਹਮਣੇ ਆਇਆ, ਹੁਣ ਉਹਦੇ ਤੇ ਚਲੇ ਜਾਂਦੇ ਆ। ਟੋਲ ਤੇ 13 ਟੋਲ ਸੀਗੇ ਇਦਾਂ ਦੇ ਜਿਹਦੇ ਤੇ ਪੰਜਾਬੀ ਕਿਸਾਨ ਜਥੇਬੰਦੀਆਂ ਧਰਨੇ ਦੇ ਕੇ ਬੈਠੀਆਂ ਸੀ। ਹਾਈਕੋਰਟ ਨੇ ਕਹਿ ਦਿੱਤਾ ਹੈ ਕਿ ਚੱਕੋ ਬਈ ਧਰਨੇ। ਸੋ ਇਹਦੇ ਤੇ ਜਥੇਬੰਦੀਆਂ ਥੋੜੀਆਂ ਨਾਰਾਜ਼ ਨੇ। ਜਥੇਬੰਦੀਆਂ, ਕਿਸਾਨ ਅਗਰ ਧਰਨਾ ਲਗਾਉਂਦਾ ਹੈ ਆਪਣੇ ਖੇਤ ਵਾਸਤੇ, ਕਿਸਾਨੀ ਬਿੱਲਾਂ ਵਾਸਤੇ ਜਿਹੜੇ ਮੋਦੀ ਸਰਕਾਰ ਨੇ ਪਿਛਲੇ ਸਾਲ ਲਗਾਏ, ਉਹ ਚੀਜ਼ਾਂ 'ਤੇ ਤਾਂ ਕਿਸਾਨਾਂ ਦਾ ਢੁੱਕ ਬਣਦੀ ਵੀ ਹੈ। ਹੁਣ ਜੇ ਕਿਸਾਨ ਧਰਨਾ ਲਾਂਗੇ ਬੰਦੀ ਸਿੱਖਾਂ ਵਾਸਤੇ, ਜਾਂ ਕਿਸਾਨ ਹੁਣ ਧਰਨਾ ਲਾਂਗੇ ਵੀ ਟੋਲ ਟੈਕਸ ਦਾ ਰੇਟ ਘੱਟ ਹੈ, ਬੰਦ ਕਰੋ ਕਰੋ, ਉਹ ਕਿਸਾਨਾਂ ਦਾ ਕਿੱਥੋਂ ਮੁੱਦਾ ਬਣ ਗਿਆ? ਟਰੈਕਟਰ ਨੂੰ ਤਾਂ ਵੈਸੇ ਨਹੀਂ ਟੋਲ ਟੈਕਸ ਲੱਗਦਾ, ਟਰੈਕਟਰ ਤਾਂ ਵੈਸੇ ਬਗੈਰ ਟੋਲ ਤੋਂ ਲੰਘਦਾ ਉੱਥੋਂ। ਅਤੇ ਜਿਨ੍ਹਾਂ ਨੇ ਆਪਣੇ ਖੇਤਾਂ 'ਚ ਜਾਣਾ, ਉਹ ਰਹਿੰਦੇ ਆਪਣੇ ਪਿੰਡਾਂ 'ਚ, ਕਿਸਾਨੀ ਇਹ ਮੁੱਦਾ, ਕਿਸਾਨੀ ਮੁੱਦਾ ਤਾਂ ਹੈ ਹੀ ਨਹੀਂ ਬਿਲਕੁਲ। ਇਹਨੂੰ ਬਣਾਇਆ ਗਿਆ, ਜਾਂ ਤਾਂ ਕੋਈ ਜਥੇਬੰਦੀ ਨੂੰ ਪੋਲੀਟੀਕਲ ਸਟੇਟਸ ਚਾਹੀਦਾ ਹੈ, ਕੋਈ ਪੋਲੀਟੀਕਲ ਉਹਨੂੰ ਰੈਕੋਗਨੇਸ਼ਨ ਚਾਹੀਦੀ ਹੈ, ਤਾਂ ਇਹਨੂੰ ਮੁੱਦਾ ਬਣਾਇਆ ਜਾ ਰਿਹਾ, ਜਾਂ ਫਿਰ ਇਹਦੇ ਪਿੱਛੇ ਵੀ ਕੋਈ ਹੋਰ ਹੈ? ਮੇਰੇ ਹਿਸਾਬ ਨਾਲ ਇਹ ਕਿਸਾਨੀ ਮੁੱਦਾ ਤਾਂ ਹੈ ਹੀ ਨਹੀਂ ਹੈ ਕਿ ਟੋਲ ਟੈਕਸ ਕਿਉਂ ਲੱਗ ਰਿਹਾ, ਟੋਲ ਕਿਉਂ ਲੱਗ ਰਿਹਾ। ਸੋ ਬੇਸਿਕਲੀ ਕਿਸਾਨਾਂ ਨੂੰ ਅੰਨਦਾਤਾ ਨੇ ਅੰਨਦਾਤਾ ਹੀ ਰਹਿਣਾ ਚਾਹੀਦਾ ਹੈ, ਕਿਹੜੇ ਕੰਮਾਂ 'ਚ ਪੈ ਗਏ ਹੋ, ਜਿਹੜਾ ਤੁਹਾਡਾ ਲੈਣਾ ਦੇਣਾ ਨਹੀਂ, ਜਿਹਦੇ 'ਚ ਤੁਹਾਡਾ ਲੈਣਾ ਇੱਕ ਨਾ ਦੇਣਾ ਦੋ, ਉਹਦੇ 'ਚ ਕਾਹਨੂੰ ਜਾ ਕੇ ਬਹਿਣਾ, ਅਤੇ ਕਿਉਂ ਪਬਲਿਕ ਇਨਕਨਵੀਨੀਅੰਸ ਕ੍ਰੀਏਟ ਕਰਨਾ? ਹਾਲਾਂਕਿ NHAI ਨੇ ਇੱਕ ਇਲਜ਼ਾਮ ਲਗਾਇਆ ਨੈਸ਼ਨਲ ਹਾਈਵੇ ਅਥਾਰਟੀ ਨੇ ਕਿ ਇਹ ਲੋਕ ਟੋਲ ਵੀ ਲੈ ਰਹੇ ਸੀ ਲੋਕਾਂ ਤੋਂ, ਇੱਦਾਂ ਦੇ ਐਵੀਡੈਂਸ ਵੀ ਦਿੱਤੇ ਗਏ ਨੇ। ਮੇਰੇ ਇਸ ਮਾਮਲੇ 'ਚ ਮੇਰੀ ਕੋਈ ਜ਼ਿਆਦਾ ਨੌਲੇਜ ਨਹੀਂ ਹੈ, ਬਟ ਚਲੋ ਕੋਰਟ ਨੇ ਕਹਿ ਦਿੱਤਾ ਹੈ ਕਿ ਟੋਲ ਵੀ ਨਾ ਕਿਸਾਨਾਂ ਦੇ ਪਿੱਛੇ ਜਾਓ। ਨਹੀਂ ਨਹੀਂ, ਮੈਂ ਤੇ ਚਾਹੁੰਦੀ ਹਾਂ ਕਿ ਅੰਨਦਾਤਾ ਨੇ ਉਹਨਾਂ ਦੇ ਸਿਰ ਤੇ ਸਾਡਾ ਪੰਜਾਬ ਜਿਹੜਾ ਚੱਲਦਾ ਹੈ ਤੇ ਫੱਬਦਾ ਹੈ ਤੇ ਮਾਣ ਮਹਿਸੂਸ ਕਰਦਾ, ਉਹਨਾਂ ਨੂੰ ਇਦਾਂ ਦੇ ਕੰਮਾਂ 'ਚ ਪੈਣਾ ਚਾਹੀਦਾ ਵੀ ਨਹੀਂ, ਕਿਉਂਕਿ ਆਪਾਂ ਉਹਨਾਂ ਦੀ ਲੜਾਈ ਜਿਹੜੀ ਵਾਜਬ ਸੀਗੀ ਉਹ ਬੜੀ ਦੇਖੀ ਹੈ, ਉਹਦਾ ਜਿੰਨਾ ਹੋ ਸਕਿਆ ਸਮਰਥਨ ਵੀ ਕੀਤਾ ਹੈ। ਸੋ 700 ਦੇ ਕਰੀਬ ਸ਼ਹਾਦਤਾਂ ਵੀ ਕਿਸਾਨਾਂ ਦੀਆਂ ਹੋਈਆਂ, ਜਿੱਤ ਕੇ ਆਏ, ਬਿਲਕੁਲ ਜਿੱਤ ਕੇ ਆਏ ਨੇ, ਤੇ ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਹਲੇ ਮਾਮਲਾ ਹੱਲ ਨਹੀਂ ਹੋਇਆ, ਚੱਲ ਰਿਹਾ, ਹਲੇ ਵੀ ਉਹਨਾਂ ਦੀ ਜਿਹੜੀਆਂ ਡਿਸਕਸ਼ਨ ਸਰਕਾਰ ਨਾਲ ਉਹ ਚੱਲਣੀਆਂ ਚਾਹੁੰਦੇ, ਉਹ ਚਾਹੁੰਦੇ ਆ ਕਿ ਉਹਨਾਂ ਦੇ ਮਾਮਲਿਆਂ ਨੂੰ ਹੱਲ ਕੀਤਾ ਜਾਵੇ। ਅੱਛਾ, ਮੈਂ ਤੁਹਾਨੂੰ ਵਾਪਸ ਉੱਥੇ ਲੈ ਕੇ ਜਾਣਾ ਚਾਹਾਂਗੀ। ਤੁਸੀਂ ਕਹਿ ਰਹੇ ਹੋ ਕਿ 9,500 ਤੋਂ 35,000 ਜਿਹੜੇ ਐਂਬੂਲੈਂਸ ਵਾਲੇ ਮੰਗ ਰਹੇ ਨੇ, ਇਹ ਬੜੀ ਇਮਪ੍ਰੈਕਟੀਕਲ ਜੀ ਡਿਮਾਂਡ ਹੈ, ਉਹਦੇ ਤੋਂ ਐਕਚੁਲੀ ਮੈਂ ਉਸ ਸਟੋਰੀ ਦੇ ਵਿੱਚ ਤੁਹਾਨੂੰ ਲੈ ਕੇ ਜਾਵਾਂਗੀ। ਗਲੋਬਲ ਹੰਗਰ ਇੰਡੈਕਸ ਆ ਗਿਆ, 2022 ਦਾ ਡੇਟਾ ਆਇਆ, ਅਤੇ ਹਾਲਾਤ ਖਰਾਬ ਨੇ। 107ਵੇਂ ਰੈਂਕ ਤੇ ਸਾਡਾ ਦੇਸ਼ ਆ ਗਿਆ, ਔਰ ਸਾਡੇ ਗੁਆਂਢੀ ਮੁਲਕ ਜਿਹੜੇ ਹੈਗੇ ਨੇ, ਸ਼੍ਰੀਲੰਕਾ 64ਵੇਂ ਨੰਬਰ ਤੇ ਹੈ, ਨੇਪਾਲ 81ਵੇਂ ਤੇ, ਬੰਗਲਾਦੇਸ਼ 84 ਤੇ, ਪਾਕਿਸਤਾਨ ਜਿਹਦੇ ਨਾਲ ਅਸੀਂ ਹਰ ਵੇਲੇ ਅੱਡਾ ਲਾਈ ਬੈਠੇ ਹੁੰਦੇ ਹਾਂ, ਜਾਂ ਉਹ ਸਾਡੇ ਨਾਲ ਪੰਗੇ ਲੈਂਦਾ ਹੈ, ਉਹ ਵੀ ਸਾਡੇ ਤੋਂ ਬੈਟਰ ਕੰਡੀਸ਼ਨ ਹੈ। ਇਫ ਵੀ ਟਾਕ ਅਬਾਊਟ ਗਲੋਬਲ ਹੰਗਰ ਇੰਡੈਕਸ, ਕੋਵਿਡ ਨੇ ਵੀ ਬਹੁਤ ਕੰਟਰੀਬਿਊਟ ਕਰ ਦਿੱਤਾ ਲੋਕਾਂ ਦੇ ਹਾਲਾਤ ਨੂੰ ਹੋਰ ਬਦਤਰ ਕਰਨ ਦੇ ਵਿੱਚ, ਉੱਤੋਂ ਹੁਣ ਇਹ ਹੰਗਰ ਇੰਡੈਕਸ ਦੇ ਵਿੱਚ ਸਾਡੇ ਤੋਂ ਮਾੜੀਆਂ ਇਕਨੋਮੀਜ਼ ਸਾਡੇ ਤੋਂ ਬੈਟਰ ਹੈ, ਕੀ ਕਹੋਗੇ? ਬਹੁਤ ਅਲਾਰਮਿੰਗ
सिचुएशन है ये देश लई ते आई थिंक इहदे विच कोविड का भी एक रोल है या इहदे विच कोई अर्थशास्त्री या कोई फाइनेंशियल एक्सपर्ट ही व्यूज दे सकते हैं। आई थिंक पिछले रिजल्ट्स जड़े सिगे हंगर इंडेक्स दे विच रैंक बहुत ऊपर सिगा इंडिया दा 2014 जैसी 54th रैंक ते सी ते इको दम अन्ना डाउनफॉल आया ता मेरे हिसाब नाल बहुत अलार्मिंग सिचुएशन है। किते मोदी गवर्नमेंट नु क्रेडिट ते नहीं जाएगा इस गल दा कि साडे देश दे विच हालात बद तो बदतर हो गए क्योंकि 2014 च जे सी 54वें रैंक ते सिगे ते हुण 107 ते आ जाणा विच एक्चुअली इंडिकेट्स कि 45% पॉपुलेशन जिहड़ी है ओह भुखी सौ रही है। किन्ना डरावना डेटा है। बिल्कुल बिल्कुल। सो मैं इहदे ते फिर तो आना चाहवांगी कि एक पासे भारत सरकार कहिंदी है कि 81 करोड़ भारतीयां नु मुफ्त खाना मिलता रहेगा, मुफ्त अनाज मिलेगा, तो फिर यह डेटा की दर्शाता है? फिर यह डेटा तो कहता है कि हालात खराब ने साड़ी पॉपुलेशन ले ली, की फेलियर किदा मन्या जाएगा? इहदे च सरकार दा फेलियर मन्या जाएगा? सरकार जे मन्ने की फेलियर है ते ताही बंदियां ने पर स्कीम्स नू अगे इंप्लीमेंट करन दे विच फाइनेंशियली कैपेबल गवर्नमेंट्स नहीं हुंदियां। अजकल वैसे भी कल्चर चल गया, पिछे हुन सुप्रीम कोर्ट ने जजमेंट भी दित्ती दिल्ली दे विच के फ्री बिजली नहीं दित्ती जाऊगी, तां स्कीम दा पैसा इसे करके नहीं निकल पांदा क्योंकि ओदी सरकार दी जिहड़ी आमदन है, सरकार दी जिहड़ी इनकम है, वो लिमिटेड कुछ रिसोर्सिस तो है, पर वह फ्रीवीज वंड दित्तियां जांदियां जो इलेक्शन दे विच प्रोमिस हुंदा, तो पैसा उधर वरत्या जांदा, तां एवें दीआं स्कीम्स इंप्लीमेंट नहीं हो पांदियां। तां सब तो पहले तां फाउंडेशन इहना इहदी जो मतलब गलत है ओदी फाउंडेशन यही है कि पार्टियां जो फ्री बीज दे रही ने, जो फ्री च वंड दिता जा रहा है, चीज़ा कितिया जा रही ने कि बिजली फ्री है, ये फ्री है, वो फ्री है, उन्होंने बंद किया जाए। बेसिक एमिनिटीज़ ते जो आप गल कर रहे हैं हंगर इंडेक्स, किसी को भुखा ना सौना पे, उन्होंने चीज़ों वाल ध्यान दिता जाए, जिहड़ियां उन्होंने चीज़ों का पैसा है, उन्होंने स्कीमों का पैसा है, वो किसी होर स्कीमों के ना वरत्या जाए। हालांकि जे देखिए कि सिख कम्यूनिटी आपां हमेशा देखिया है किसी भी त्रासदी दे मौके ते सब तो ज्यादा वध चढ़ के जे वर्ल्ड दे विच किसी ने काम कीता है तो सिख कम्यूनिटी हुंदी है, भावें ओह लॉकडाउन दे दौरान लगे लंगर होण। मैं हाले भी ओह तस्वीरां नहीं भुल सकदी अपने ज़हन चों जिद्दां लंगर सिख कम्यूनिटी ने अपनी जान नूं जोखिम विच पा के कोविड दे टाइम ते सड़कां ते लेबर नूं कराया। मैनूं याद है पंजाब दे विच किसी भी जानकार दे घरों पुछिए कि तेरे घर अनाज ते नहीं कटिया, तो वह कहिंदा सी नहीं एक्सट्रा पिया है, क्योंकि लोग बहुत कॉन्ट्रीब्यूट कर रहे ने, सरकार तो कर ही रही सी जो भी कर रही सी। सो किते ना किते हालात जिहड़े वह बहुत माड़े ने। मैं फिर उत्थे आ रही हूँ कि मैं चाहनी हाँ कि किते ना किते सपोर्ट मिल जाए साडे एंबूलेंस वालियां नूं भी, बेचारे हालात माड़े ने, इकोनमी डाउन चल रही है, तनखावां बहुत घट है, महंगाई बहुत ज्यादा। मेरे हिसाब नाल सरकार नूं कोई होर स्केल जिथे सरकारी ਦਫ਼ਤਰਾਂ ਦੇ ਵਿੱਚ ਜੋ ਡਰਾਈਵਰਾਂ ਦਾ ਪੇ ਸਕੇਲ ਹੈ ਐਟਲੀਸਟ ਉਹਨਾਂ ਪੇ ਸਕੇਲ ਤਾਂ ਕਰਨਾ ਚਾਹੀਦਾ ਜੇ 35,000 ਨਹੀਂ ਵੀ ਕਰਨਾ। ਚਲੋ ਸ਼ੁਕਰ ਹੈ ਮੈਂ ਇੱਕ ਹੈਲਦੀ ਨੋਟ ਤੇ ਗੱਲ ਮੁਕਾਈ ਹੈ ਕਿ ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈ ਕਿ ਸਾਡੇ ਜਿਹੜੇ ਇੰਪਲੋਈਜ਼ ਨੇ ਉਹ ਖੁਸ਼ ਰਹਿਣ, ਸਰਕਾਰ ਨੂੰ ਕੋਸ਼ਿਸ਼ ਚਾਹੀਦੀ ਹੈ ਕਮਿਊਨੀਕੇਸ਼ਨ ਦੇ ਆਪਣੇ ਚੈਨਲ ਜਿਹੜੇ ਉਹ ਮਜ਼ਬੂਤ ਕਰਨ ਤੇ ਜ਼ਿਆਦਾ ਕਰ ਦੇਣ, ਜੇ ਰੈਡੀਕਲ ਨਜ਼ਰ ਆਉਂਦੇ ਨੇ ਤੇ ਉਹਨਾਂ ਨੂੰ ਫੜਨ ਤੇ ਉਹਨਾਂ ਤੇ ਕਾਰਵਾਈ ਕਰਨ, ਤਾਂ ਕਿ ਪੰਜਾਬ ਇੱਕ ਹੈਪੀ ਸਟੇਟ ਸੀ, ਹੈਪੀ ਸਟੇਟ ਹੈ, हैप्पी स्टेट रहेगी, और ये कॉन्ट्रीब्यूट करना हर सरकार का भी फर्ज है। हर पंजाबी तो चाहता ही है कि वह हैप्पी रहे, हैल्दी रहे, और पंजाब ये कॉन्ट्रीब्यूट कर भी रहा है। अज करुण साडे गलबात करन लई, हर खबर ते अपना परस्पैक्टिव देने लई बहुत बहुत थैंक्स, एंड बहुत तुसी बेबाकी ना मेरे हर तरह के सवाल का जवाब दिता है। थैंक यू सो मच, बड़ा परस्पैक्टिव मिलता है। उम्मीद है तुहानू भी बहुत कुछ खबरों के बियॉन्ड जानने मिलिया होएगा। बहुत बहुत शुक्रिया। शुक्रिया।